ਪਕਾਦਾ ਰੌਲਾ ਪਾਇਆ। ਸਲਾਮ ਅਲੈਕੁਮ ਜਨਾਬ, ਕੀ ਹਾਲ ਚਾਲ ਹੈ? ਹਾਂਜੀ ਆ ਗਏ ਆਪਣੀ ਆਪਣੀ ਡਿਊਟੀਆਂ ਤੋਂ। ਸੇਠ ਸਾਹਿਬ ਨੇ ਤੈਨੂੰ ਪਤਾ ਜੋਗੀ ਚੌਂਕ ਤੇਰੀ ਡਿਊਟੀ ਲਾਈ ਸੀ ਤੇ ਤੈਨੂੰ ਸਟੇਸ਼ਨ ਤੇ ਭੇਜੇ ਤੇ ਕੱਪੜੇ ਪਾ ਕੇ ਕਿਉਂ ਨਹੀਂ ਆਏ ਆਪਣੇ? ਤੈਨੂੰ ਪਤਾ ਸੇਠ ਸਾਹਿਬ ਬਚਪਨ ਤੋਂ ਲਾ ਕੇ ਹੁਣ ਤੱਕ ਮੰਗਦੇ ਆ ਰਹੇ ਨੇ, ਖਾਨਦਾਨ ਨਹੀਂ ਮੰਗਦੇ ਨੇ। ਉਹਨਾਂ ਦਾ ਪੁੱਤਰ ਪੜ੍ਹ ਲੈ ਗਿਆ, ਉਹ ਤੇਰਾ ਪ੍ਰੇਤ ਕਰਦਾ ਵਾ, ਉਹ ਵੀ ਇਸੇ ਕੰਮ ਚ ਆ ਜਾਏਗਾ। ਤੁਸੀਂ ਸੁਣਾਓ ਖੈਰ ਨਾਲ? ਆ ਜੀ ਹੁਣ ਉਹਨਾਂ ਦਾ ਮੁੰਡਾ ਪੜ੍ਹ ਲੈ ਕੇ ਗਿਆ, ਉਹਦੇ ਮਤਲਬ ਅੱਖਾਂ ਵਿੱਚ ਵੀ ਪੈਰਾਂ 'ਚ ਵੀ ਸਰੀਆ ਆ ਗਿਆ ਹੈਗਾ, ਆਪਣੇ ਆਪ ਨੂੰ ਬੜਾ ਫੰਨੇਗਾ ਸਮਝਦਾ ਹੈਗਾ, ਮੇਰੇ ਕੋਲ ਪੈਸਾ ਆ ਗਿਆ, ਇਹ ਫਲਾਂ ਦਬੋ ਹੈਗਾ। ਤੂੰ ਸਾਡੀਆਂ ਸੁਣਦੇ ਹੀ ਨਹੀਂ ਗਰੀਬਾਂ ਦੀਆਂ, ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਗਰੀਬ ਦੀ ਕਿੱਥੇ ਸੁਣਦਾ ਹੈ ਨਾ, ਉਹਦੀਆਂ ਲੱਤਾਂ ਜ਼ਮੀਨ ਤੇ ਲੱਗਦੀਆਂ ਹੈਗੀਆਂ। ਤੇ ਗੱਲ ਦੱਸੋ ਤੁਸੀਂ ਇੱਥੇ ਕੀ ਕਰਦੇ ਗਏ? ਮੈਂ ਨੌਕਰ ਇਸ ਘਰ ਦਾ। ਨੌਕਰ? ਹਾਂਜੀ। ਯਾਨੀ ਕਿ ਸਰਵੈਂਟ? ਹਾਂਜੀ। ਤੁਹਾਡੀ ਤਨਖਾਹ ਕਿੰਨੀ ਹੈ? 1200। 1200 ਰੁਪਈਆ ਦਿਹਾੜੀ ਜਾਂ ਮਹੀਨਾ? ਮਹੀਨੇ ਦੀ। ਤੁਸੀਂ ਚਾਹੁੰਦੇ ਜੀ 1200 ਨੂੰ ਛੱਡੋ, ਤੁਸੀਂ 2 ਲੱਖ ਰੁਪਈਆ ਤੁਹਾਡਾ ਮਹੀਨਾ ਕਰ ਦਵਾਂ। ਕਰਨਾ ਕੀ ਹੈ? ਲੈ ਕਹਿੰਦਾ ਕਰਨਾ ਕੀ ਹੈ ਸਾਰੇ, ਤੂੰ ਸੋਚਣਾ 2 ਲੱਖ ਹੋਣਾ ਕਿੱਥੋਂ ਹੈਗਾ। ਅੱਛਾ ਜੀ ਤੁਸੀਂ ਕਿੱਧਰ ਆਏ ਹੋ ਜੀ? ਕੰਮ ਕਰ। ਆਹ ਕੰਮ ਕਰਨਾ ਜਦੋਂ ਦਾਦਰ ਕੰਮ ਲੈ ਕੇ ਆ, ਕੰਮ ਕਰਨਾ। ਹਾਂਜੀ। ਅੱਛਾ ਗੱਲ ਦੱਸੋ, ਇਹ ਤੁਸੀਂ ਮੁੱਛੇ ਨਾ ਕਿਨਗੇ, ਤੁਹਾਡੇ ਅੱਬਾ ਜੀ ਨੇ ਖਿੱਚ ਕੇ ਸੈਨ ਕੀਤੇ ਨੇ ਕਿ ਤੂੰ ਮੇਰਾ ਨਹੀਂ ਤੇ ਤੇਰੀਆਂ ਹੈ ਨਹੀਂ, ਤੇਰਾ ਪਿਓ ਨਹੀਂ ਲੱਭਣ ਡਿਆ। ਗੱਲ ਕੀ ਹੋਈ? ਕੀ ਮਤਲਬ ਤੇਰਾ? ਗੱਲ ਕੀ ਹੈ ਸਲਾ? ਐਸਾ ਬੇਵਕੂਫ ਹੈ, 1122 ਤੇ ਫੋਨ ਕਰਕੇ ਕਹਿੰਦਾ ਮੈਨੂੰ ਲੱਭ ਲਓ, 1122 ਤੇ ਫੋਨ ਕਰਕੇ ਕਹਿੰਦਾ ਐਂਬੂਲੈਂਸ ਵੇਲੀ ਹੈ। ਉਹਨਾਂ ਪੁੱਛਿਆ ਕਰਨੀ ਕੀ? ਕਹਿੰਦਾ ਬਾਜੀ ਦੀ ਤੇਲ ਮਹਿੰਦੀ, ਮੈਂ ਫੈਸਲਾਬਾਦ ਲੈ ਕੇ ਜਾਣੀ ਹੈ। ਤੇਲ ਮਹਿੰਦੀ ਲੈ ਕੇ ਜਾਣੀ ਚਾਹੀਦੀ, ਭੈਣਾਂ ਵਿਆਹਣੀਆਂ ਚਾਹੀਦੀਆਂ, ਤੇਰੀਆਂ ਭੈਣਾਂ ਤਾਂ ਚੌਧਰੀ ਕਰ ਜਾਂਦੀਆਂ ਉਦੋਂ ਆਉਂਦੀਆਂ ਜਦੋਂ ਸੰਡਾ ਕਮਜ਼ੋਰ ਹੋ ਜੇ। ਸਾਲੇ ਨੇ ਸਗੇ ਮਾਪਿਆਂ ਦੇ ਛਾਪਾ ਪਵਾਤਾ, ਕਹਿੰਦਾ ਮੈਨੂੰ ਵੇਖਣ ਨਹੀਂ ਦਿੰਦੇ। ਤੇ ਆਪ ਇਹਨੇ ਬੁੱਢੀ ਦਾ ਪਰਚਾ ਕਰਾਤਾ, ਕਹਿੰਦਾ ਮਜ਼ਾ ਨਹੀਂ ਆਉਂਦਾ, ਛਿੱਤਰਾਂ ਨਾਲ ਕੁੱਟਿਆ, ਕਹਿੰਦੀ ਕੰਜਰਾ ਸਾਰੇ ਮਹੱਲੇ ਨੂੰ ਆਉਂਦਾ, ਤੈਨੂੰ ਕਿਉਂ ਨਹੀਂ ਆਉਂਦਾ? ਗੱਲ ਕੀ ਹੋਈ? ਕੱਲ ਆਪਣੀ ਬੁੱਢੀ ਦੇ ਕੱਪੜੇ ਪਾ ਕੇ ਨਾ ਬਾਜ਼ਾਰ 'ਚ ਫਿਰੀ ਜਾਣ, ਮੈਂ ਕਿਹਾ ਖੈਰ ਆਪਣੀ ਬੁੱਢੀ ਦੇ ਕੱਪੜੇ ਪਾ ਕੇ ਬਾਜ਼ਾਰ 'ਚ ਫਿਰੇ ਨੇ, ਕਹਿੰਦਾ ਅੱਜ ਉਹਦੇ ਸਾਰੇ ਆਕਮੇ ਲੱਭਣੇਗੇ। ਆ ਤੇ ਲੱਭਣੇ ਰਿਸ਼ਤੇਦਾਰ ਲੱਭਣੇ ਚਾਹੀਦੇ ਹੈਗੇ, ਮੈਂ ਹੁਣ ਬੁੱਢੀ ਇਕੱਲੀ ਲੈ ਕੇ ਫਿਰਦਾ ਰਹਾਂ? ਆ ਪਹਿਲੀ ਵਾਰੀ ਬੱਸ 'ਚ ਬੈਠਾ, ਬੱਸ ਦੇ ਵਿੱਚ ਚੜ੍ਹਦੇ ਕਹਿੰਦੇ ਚੱਲ ਪਈ ਬਸ, ਸੁਣ ਲਓ ਮੇਰੀ ਗੱਲ, ਜਵਾਨ ਮੈਂ ਕੋਈ ਮੰਗਣਾ ਨਹੀਂ ਲਈਆ, ਭੱਖਰ ਤੋਂ ਲੱਗ ਕੇ ਕੋਟਨ ਤੋਂ ਤੱਕ, ਕੋਟਨ ਤੋਂ ਲੱਗ ਕੇ ਚੁਕਾਲ ਤੱਕ, ਚੁਕਾਲ ਤੋਂ ਲੱਗ ਕੇ ਪਿੰਡੀ ਤੱਕ, ਪਿੰਡੀ ਤੋਂ ਲੱਗ ਕੇ ਲਾਹੌਰ ਤੱਕ, ਲਾਹੌਰ ਤੋਂ ਲੱਗ ਕੇ ਕਾੜੇ ਤੱਕ, ਕਾੜੇ ਤੋਂ ਲੱਗ ਕੇ ਸਾਈਵਾਲ ਤੱਕ, ਬੱਸਾਂ 'ਚ ਬੱਚੀਆਂ ਪੇਸ਼ ਕਰਦਾ ਰਿਹਾ। ਜਿਹੜਾ ਜਵਾਨ ਕਹਿੰਦਾ ਮੇਰੇ ਗੋਡੇ 'ਚ ਦਰਦ ਨਹੀਂ, ਲੱਗ 'ਚ ਪੀੜ ਨਹੀਂ ਹੁੰਦੀ, ਇਹਨਾਂ ਦੀ ਬੱਚੀ ਦਾ 5 ਮਿੰਟ ਜਵਾਇ ਕਰੋ, 5 ਮਿੰਟ ਦਰਦਾਂ 25 ਵਾਰੀ ਬਾਹਰ, ਆਪਣੇ ਪੈਸੇ ਵਾਪਸ ਸ਼ੁਰੂ ਹੋ ਜ਼ਰਾ। ਕੱਲ ਇੱਕ ਤੋਤੇ ਵਾਲੀ ਦੁਕਾਨ 'ਤੇ ਗਿਆ, ਤੋਤੇ ਨੂੰ ਜਾ ਕੇ ਕਹਿੰਦਾ ਮੀਆਂ ਮਿੱਠੂ ਚੋਰੀ ਖਾਣੀ, ਤੋਤੇ ਨੇ ਮੇਰੇ ਗੌਰ ਦੀ ਸ਼ਕਲ ਰੱਖੀ, ਉਹਨੇ ਕਿਹਾ ਸਾਲੇ ਕਦੀ ਆਪ ਖਾਧੀ। ਇਹ ਵੀ ਦੁਕਾਨ 'ਤੇ ਗਿਆ, ਜਾ ਕਹਿੰਦਾ ਤੋਤਾ ਕਿੰਨੇ ਦਾ? ਕਹਿੰਦਾ 1 ਲੱਖ ਰੁਪਏ ਦਾ। ਕਹਿੰਦਾ ਫਾਇਦੇ ਕੀ? ਕਹਿੰਦਾ 1 ਲੱਤ ਚੁੱਕੋ ਇੰਡੀਆ ਦਾ ਗਾਣਾ ਸੁਣਾ, ਦੂਸਰੀ ਲੱਤ ਚੁੱਕੋ ਪਾਕਿਸਤਾਨੀ ਸੁਣਦਾ। ਕਹਿੰਦਾ ਤੋਤੇ ਦੀਆਂ ਮੈਂ ਦੋਵੇਂ ਚੁੱਕਾਂ, ਤੋਤਾ ਕਹਿੰਦਾ ਮੈਂ ਤੇਰੀ ਭੈਣ ਨਾਲ ਕੱਢ ਕੇ ਲੈ ਜਾ। ਚੱਲ ਚੱਲ ਸ਼ੁਰੂ ਇੱਕ ਸ਼ੁਰੂ 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 ਇੱਕ ਬੰਦਾ ਸਿਗਰਟ ਪੀਣ ਲਿਆ, ਉਹਨੂੰ ਕਹਿੰਦਾ 2 ਲਾਈ, ਉਹਨੇ ਫਿਰ ਇਹਦੇ 2 ਲਾਈਆਂ। ਸੁੱਤਿਆ ਇੱਕ ਪਾਨ ਸਿਗਰਟ ਵਾਲੀ ਦੁਕਾਨ 'ਤੇ ਜਾ ਕੇ ਕਹਿੰਦਾ ਭਾਈ 2 ਗੋਲਡ ਲਈ ਵੀ ਦੇਣਾ, ਉਹ ਕਹਿੰਦਾ ਸ਼ਾਰਟ ਨੇ, ਕਹਿੰਦਾ ਪਲਾਸ ਨਾ ਫੜ ਕੇ ਦੇ ਦਿਓ। ਸੁੱਤੇ ਪਿਆ ਪਿਓ ਦਾ ਪਿਓ ਹੀ ਵੜਤਾ, ਹੋਇਆ ਕੀ ਸੀ? ਮੇਰਾ ਲਾਫਟਰ ਨਹੀਂ ਸੁਣਨਾ ਹੈਗਾ, ਹੋਇਆ ਕੀ ਹੈ? ਗੱਲ ਕੀ ਹੋਈ ਹੈ? ਇਹ ਗੱਲ ਦੱਸ, ਹਾਂ ਇਹ ਜੀਓ ਵੇਖ ਲੈਣਾ, ਵੇਖ ਲੈਣਾ ਤੇ ਪਨਵਈਆ ਨੂੰ ਕਿਉਂ ਨਹੀਂ ਵੇਖਦਾ? ਤੁਹਾਡੇ ਲਈ ਵੇਖਣ ਡਿਆ ਜਨਾਬ ਲਾਫਟਰ। ਹਾਂਜੀ ਇਹ ਟਾਂਗੇ ਤੋਂ ਲੈ ਜਾਣਾ? ਲੈ ਜਾਂਦਾ ਮੇਰੇ ਮਗਰੋਂ ਵੀ ਲੈ ਜਾ। ਕਿਦੋਂ ਦਾ ਲੱਥਿਆ ਹੋਇਆ ਲਾਫਟਰ? ਇਹ ਸਿਗਰਟ ਪੀ ਕੇ ਧੂਆਂ ਕੱਢ ਲੈਣਾ? ਕੱਢ ਲੈਣਾ ਤੇ ਬਾਜੀ ਦੇ ਕਮਰੇ 'ਚ ਬੰਦੇ ਕਿਉਂ ਨਹੀਂ ਕੱਢਦਾ? ਰਿਸ਼ਤੇਦਾਰ ਆਏ ਹੋਏ ਨੇ। ਰਿਸ਼ਤੇਦਾਰ ਆਏ ਹੋਏ ਨੇ? ਜੀ ਜੀ ਚਵਲ ਜ਼ਮਾਨੇ ਰਿਸ਼ਤੇਦਾਰ ਸਾਡੇ ਆਏ, ਤੈਨੂੰ ਕਾਹਦੀ ਟੈਨਸ਼ਨ ਆ? ਬਾਜੀ ਦੇ ਕਮਰੇ 'ਚ ਬੰਦੇ ਬਿਠਾਈਏ ਜਾਂ ਨਾ ਬਿਠਾਈਏ, ਤੈਨੂੰ ਟੈਨਸ਼ਨ ਕੋਈ? ਅੱਛਾ ਫਜ਼ੂਲ ਬੰਦੇ ਦੁਨੀਆ ਦੇ ਵਿੱਚ ਬੜੇ ਬੜੇ, ਇਹ ਤੋਂ ਵੱਡਾ ਫਜ਼ੂਲ ਕੋਈ ਨਹੀਂ ਹੈਗਾ। ਕੋਈ ਬੰਦਾ ਕੇਲਾ ਖਾਣ ਡਿਆ ਦੇ ਅਰਗ, ਐਵੇਂ ਕੋਈ ਭੁੱਖ ਲੱਗੀ ਇਹ ਭੁੱਖੋਂ ਨੂੰ ਲੱਗੀ, ਕੇਲਾ ਉਹਨੇ ਖਾਣਾ ਤੂੰ ਸਾਲਿਆ ਮੂੰਹ 'ਚ ਜਾਂਦਾ ਵੇਖ ਤੈਨੂੰ ਕੀ? ਕੋਈ ਬੰਦਾ ਅੰਗੂਰਾਂ ਨਾਲ ਵੇਖਣ ਡਿਆ ਤੇ ਜਿਹੜਾ ਵੇਲ ਕੱਚੀ ਹੈ, ਭਾਈ ਅੰਗੂਰ ਕਿਸੇ ਨੇ ਲਾਈ, ਵੇਲ ਕਿਸੇ ਨੇ, ਤੂੰ ਲਮਕਦੇ ਵੇਖ ਤੈਨੂੰ ਕੀ? ਕੋਈ ਬੰਦਾ ਸ਼ਕਰ ਗੰਜੀ ਖਾ ਰਿਹਾ ਹੋਏ ਨਾ ਤੇ ਇਹੋ ਜਿਹਾ ਬੰਦਾ ਕੋਲ ਕੋਲ ਤੈਨੂੰ ਕਹੀ ਜਾਏਗਾ ਭਾਈ ਖੱਟਾ ਥੋੜਾ ਪਵਾਣਾ, ਸ਼ਕਰ ਗੰਦੀ ਕਿਸੇ ਨੇ ਖਾਣੀ, ਖੱਟਾ ਕਿਸੇ ਨੇ ਪਵਾਉਣਾ, ਤੂੰ ਕਹਿਣ ਵਾਲਾ ਸਾਰਾ ਲੱਗਣਾ। ਕੋਈ ਬੰਦਾ ਜੇਲ੍ਹ 'ਚੋਂ ਡਿਆ ਨੇ ਜ਼ਮਾਨਤ ਕਰਾਈ, ਮੈਂ ਵਕੀਲ, ਕੋਈ ਜ਼ਮਾਨਤ ਕਿਸੇ ਨੇ ਕਰਾਈ, ਤੂੰ ਅੰਦਰੋਂ ਛੁੱਟਦਾ ਵੇਖ ਤੈਨੂੰ ਕੀ? ਆਦਤ ਪੈ ਗਈ ਹਰ ਗੱਲ ਨਾਲ ਤੈਨੂੰ ਕੀ? ਮੈਂ ਕਿਹਾ ਚਾਹ ਪੀਤੀ, ਕਹਿੰਦਾ ਤੈਨੂੰ ਕੀ? ਮੈਂ ਕਿਹਾ ਰੋਟੀ ਖਾਧੀ, ਕਹਿੰਦਾ ਤੈਨੂੰ ਕੀ? ਪਰਸੋਂ ਮੈਂ ਕਿਹਾ ਡਾਕੂ ਤੇਰੀ ਭੈਣ ਚੁੱਕ ਕੇ ਲੱਗੇ, ਕਹਿੰਦਾ ਡਾਕੂ ਕੋਈ ਭੈਣ ਮੇਰੀ, ਤੂੰ ਚੀਕਾਂ ਸੁਣ ਤੈਨੂੰ ਕੀ? ਗੱਲ ਕੀ ਹੋਈ ਸੀ? ਇਹੋ ਜਿਹੇ ਬੱਚੇ ਨੂੰ ਪੁੱਛਣ ਕਿ ਵੱਡਾ ਹੋ ਕੇ ਕੀ ਬਣੇਗਾ, ਢਿੱਲਾ ਜਿਹਾ ਮੂੰਹ ਕਰਕੇ ਕਵੇਗਾ ਮੈਂ ਚੌਧਰੀ ਦਾ ਸਾਲਾ ਬਣਾਂਗਾ, ਤੂੰ ਮੇਰਾ ਬਣ ਜਾ। ਬਣਨਾ ਚਾਹੀਦਾ ਚੌਧਰੀ ਦਾ ਸਾਲਾ? ਇਹੋ ਜਿਹੇ ਮੁੰਡੇ ਨੂੰ ਨਾ ਭੈਣਾਂ ਲਾਡ ਵੀ ਬੜੇ ਅਜੀਬ ਤਰੀਕੇ ਨਾਲ ਕਰਦੀਆਂ ਨੇ, ਚੱਲ ਸਾਲਾ ਪੂਰੇ ਮਹੱਲੇ ਦਾ। ਬੜੇ ਬੜੇ ਤੁਸੀਂ ਬਗੈਰ ਤੇ ਵੇਖੇ ਹੋਣੇ, ਐਸਾ ਮੁੱਤ ਪਿੰਡ ਬਗੈਰ ਤੇ ਨਹੀਂ ਵੇਖੇ ਹੋਣੇ, ਇੱਕ ਕੁੱਤੇ ਮਗਰ 4 ਕੁੱਤੇ ਜਾਂਦੇ, ਇੱਕ ਵਿੱਚ ਲੰਗੜਾ ਕੁੱਤਾ ਜਾਂਦਾ, ਇਹਨੇ ਲੰਗੜੇ ਕੁੱਤੇ ਨੂੰ ਤੇ ਕੁੱਤੇ ਨੂੰ ਚੁੱਕੇ ਕਮਰੇ 'ਚ ਬੰਦ ਕਰਤਾ, ਅਗਲੇ ਦਿਨ ਅੱਗੇ ਅੱਗੇ ਜਾਂਦਾ ਲੰਗੜਾ ਕੁੱਤਾ ਇਹਦੇ ਪਿੱਛੇ ਪਿੱਛੇ, ਮੈਂ ਕਿਹਾ ਲੰਗੜਾ ਕੁੱਤਾ ਤੇਰੇ ਪਿੱਛੇ ਕਿਉਂ? ਕਹਿੰਦਾ ਮੈਂ ਤਾਂ ਭਲਾ ਕੀਤਾ, ਇਹਨੇ ਮੈਨੂੰ ਦੱਲਾ ਹੀ ਸਮਝ ਲਿਆ।
चलो ओदी मेहनत फिर भी बना तू तो भी नहीं काला इदी भैन ने किस तो भी काली है कि मैं कि कहंदा ब्लैकबेरी चलो पैदा होगी ब्लैकबेरी होगी तू तो पैदा नहीं होन दिया सी डॉक्टर आए फेल दाइयां आईयां फेल इंजीनियर आए फेल फिर एक रोटियां लाने वाला ओदे हाथ च दो सीखा उन्हें दी मां नूं पुछया भैणा मुंडा कच्चा कच्चा लाउणा कि लाल करके ओ तकलीफ च सी उन्हें कहा साड़ दे साड़ दे साड़ दे यार कितने होए हैं जा आगे चौथा तेरा तलक है शाह फैसल तेरा कातला कल डॉक्टर को गया डॉक्टर नु जाके कहना डॉक्टर साहब मेरे को कुछ खादा नहीं जा रहा मैनू नरम गदा दियो डॉक्टर कहंदा नरम बच्चे दे पैंपर खाया कर दो पैंपर मैं खादे भी डॉक्टर को गया जाके डॉक्टर साहब नु कहंदा डॉक्टर साहब पेचिस नहीं रोकदे डॉक्टर साहब कहंदा नींबू दा इस्तेमाल कर तीन दिन बाद फिर गया डॉक्टर ने कोई फर्क पे कहंदा उंज ही नींबू रखदा तो रुक जांदा चुकदा तो फिर शुरू कल हमाम ती शेव कराउण गया ते नाई ने ते मुंह ते पानी वाला फुहारा मारिया ते सारा उठ के ते तुर पिया ओ कहंदा किधर चला कहंदा ला जदों बारिश शेडिंग में फिर आ जाऊंगा तुसीं भी कोई गल कर लो तलाशे गुम सुदा मैं ते तुहाडी आ सुन रिहा ओरे मैं तुहाडी भैण कढ लई आ रादिया तैनूं भैण ता दे ते दईए तेरा व्यार नहीं सी तू अगे दे देना ए बहू ओए कौणे ए बहू अल्लाह दे नाम ते कुछ दे ना ए बहू हां दे ना आ गया वेख तुहाडे मगर मगर ही आ गया अल्लाह दे नाम ते दे ना जे कुछ नहीं देना ते भैण दा रिश्ता दे ना ओ भैण दा रिश्ता ते तैनूं दे दे ते कोई कुंडी नहीं लगनी ओ कुंडी केड़े कंजर ने लाउणी मैं सिर्फ झूठी लाउणी निकल इत्थों लड़ाई है लड़ना दसो कदी इधर वजदा कदी इधर वजदा मथे च तेरे गाडर ही वजदा मेरा ख्याल है पढ़ी लिखी मुझे लग रही तो आप मेरे एक सवाल का जवाब देंगे पूछ ले ये आई लव यू का मतलब क्या है मैं तेनु प्यार करनी है ले अपना मुंह देख ते अपनी ख्वाहिशा देख किदा इदा मुंह मेरा इधर आयो हां जी उधर देख ते अपने आल देख की है ओ संगे मरबर ती ओ दीवार जेड़ा हर बंदे दा दिल करदा मैं हाथ ला के ठंडे करा हां ते तू लारी अड्डे दी ओ कंध जिथे हर बंदा धोती चोके बैठा हुंदा ओनु कई अंडे अंदर दे देख सोहनी खूबसूरत हां आपका नाम क्या है अफशान हाय नाम ही इतना प्यारा
क्या नाम है? अफशा। होंठे गुलाब दिया पत्तियां आ गए अफशा। ये कैदी भैन पूछना ओदे बोली है जा किवें आ चुम्मी लड़ी वे इधर दी घूम केना आ इंदी सोनी कुड़ी दी शादी है वे साल बाद टच मोबाइल कट के फोन करेगी हेलो सनी कहां दफ्तर गारा जो उन्होंने प्यारा सा बेबी दिया ओके ते पूछा ओदा क्या होया साल बाद इत्थे 33-10 कड़ने ओ बशीर मैं दो बोतल एक ढक्कन खोलिया मैं पी गया पिछो पुछा लिखोली पूछा बेहोशा दोपहर पुटे से देखा बाहर मैं पानी का छिट्टा मारा मैं क्या पूछा की होया कुछ नहीं ढक्कन तो लंघ गया ए मैडम जी जरा घूमना आए हाय हाय डॉलेंस मिनट में ठंडा करे अगर आप तुसी घूमना जी खुसरा सारी रात खजल करे ए यार खुसरा बड़ा बदतमीज है खुसरा की होया परसों मैं खुसरा घेर के ले आया अच्छा इंज करके कमरे दे विच वाड़या उत्तों कुंडी लई हां कंजर कहंदा पहले मेरी वारी दो वारियां दितियां ते जान छड्डी उन्हें खुसरे ने किया तुम आहो तू उन्हां नाल ना बेवफाई ना करी ओ क्यों खुसरा वफादार हुंदा है ओ किवें ओए औरतां ना बेवफा हुंदी है अच्छा जी इन्हां दे खर्चे बड़े मैनूं गड्डी चाहीदी कोठी चाहीदी बैंक बैलेंस चाहीदा आहो खुसरा बेचारा मासूम हुंदा ओ किवें इक्को ही गल करदा मेरी सलवार तों मैं जाणा यार वैसे आपा दी गल है खुसरा किन्ने पैसे लेंदा 500 ते तू राती 700 कादा लिया वो मैं 200 केड़ा 700 मैं लिया अच्छा वो जगह तेरी अपनी सी जगह मेरी अपनी ए बीबी जी जरा टोर के बखाना हाय 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 देखो लगदा पारिस शर्मा स्टूडियो जा रही है अंदर तुसी टुरना लो जना ए सूर चला कमादा नु ओन पसंद है ए जरा बीबी देखो अपने आप डॉक्टर ने कहा डॉक्टर कहता बीबी मूली का इस्तेमाल करा कर 3 दिन बाद फिर डॉक्टर का कोई फर्क पे मूली रख दी तो रोकी जाते चुक दी तो फिर बीबी जी जरा हसना देखो भाई कुड़ी असि तो लगता कि गुलाब के फुल खिलने ने साढ़े फौत की हुई है बाजी इधरा तुम हसना आहा तेरी भैन निकल गई है तू असी तेरी वापस आ गई है मेरी गल सुन ले आइसक्रीम कौन सी खाएगी टूटी फ्रूटी फ्रेश सी हाय हाय ते पूछा खूबसूरत लड़की टाइम की होया अच्छे तरीके जी पौने नौ हूं मैं पूछा की टाइम होया नौने पौ उर्दू बोलनी भी अजीब तरीके राती मैं चीख जी में बैठी थी चीख जी आके चूका गया पुरानी फिल्मा देखी कदी ब्लैक एंड व्हाइट आहो डाकू घोड़े जान डे अर्गे एवं बारी खोल के कहना हाकू डाकू ओहो ਮੈਂ ਜਾਂਦੇ ਜਾਂਦੇ ਬਾਤ ਦੇ ਕੇ ਜ਼ਰੂਰ ਪੈਣ ਚੁਕਾਉਣੀ ਤੂੰ ਜਾ ਸਾਰਾ ਕੱਪੜੇ ਚੇਂਜ ਕਰ ਗਿਆ ਜੋ ਕੱਪੜੇ ਚੇਂਜ ਕਰ ਗਿਆ ਮੈਂ ਕੱਪੜੇ ਚੇਂਜ ਤੇਰੇ ਨਾਲ ਮੈਂ ਨਹੀਂ ਜਾਣਾ ਤੂੰ ਇਸ ਦੀ ਗਲਤ ਫਹਿਮੀ ਚ ਨਾ ਰਹਿ ਮੇਰੇ ਨਾਲ ਨਾ ਗਈ ਮਲਕਾ ਨਾਲ ਚਲੀ ਗਈ ਓਏ ਕਿੰਨਾ ਨਾਲ ਮਲਕਾ ਨਾਲ ਉਹਨਾਂ ਨਾਲ ਨਾ ਭੇਜੀ ਉਹ ਕਿਉਂ ਹਾਲੇ ਨਾ ਤੇਲ ਮੁੱਕੇ ਨਾ ਜਾਣ ਛੁੱਟੇ ਇਹਨੂੰ ਇਹਨਾਂ ਨਾਲ ਬਾਗੇ ਤੇ ਨਾਲ ਕਰ ਜਾ ਜੋਗੀ ਚੌਂਕ ਦੇ ਵਿੱਚ ਆਓ ਜੋਗੀ ਚੌਂਕ ਜਾਓ ਅੱਛਾ ਐਸਾ ਬੇਵਕੂਫ ਹੈ ਕਾ ਸਦਕਾ ਛੁੱਟਣ ਗਿਆ ਤੇ ਚੁੜੇਲਾਂ ਨੇ ਵਾਪਸ ਕਰ ਦੋ ਉਹਨਾਂ ਨੇ ਜੇ ਆਪਸ ਲੈਣ ਦੇ ਨਹੀਂ ਹੁੰਦਾ ਹੋਰ ਹੋਰ ਤੇ ਬੜੀਆਂ ਨੇ ਲੇਕਿਨ ਬਸ ਤੂੰ ਤੂੰ ਕੀ ਕਰ ਹੱਸਣਾ ਤੇਰੀ ਭੈਣ ਦੀ ਤਲਾਕ ਤੇ ਕਰ ਗਵਾਂ ਓਏ ਖੁਸਰਿਆਂ ਨੂੰ ਚੁੰਮੀਆਂ ਦੇਣ ਆਇਆ ਓਏ ਉਹਦੀ ਮਾਂ ਦੇ ਫਾਈਨਲ ਬੱਚਿਆ ਉਹ ਭੈਣ ਦੀ ਫੋਟੋ ਵਿਖਾ ਕੇ ਬੋਤਲ ਪੀਣ ਵਾਲਿਆ ਹੁਣ ਮੈਂ ਤੈਨੂੰ ਕੀ ਕਵਾਂ ਆ 15 ਤੇ ਫੋਨ ਕਰ ਪਾਗਲ ਹੋ ਗਏ ਮੈਂ ਪਾਗਲ ਨਹੀਂ ਆ ਮੈਂ ਤੈਨੂੰ ਪਾਗਲ ਕਰਕੇ ਜਾਵਾਂਗਾ ਇਹੋ ਜਿਹਾ ਬੰਦਾ ਗਲੀ 'ਚ ਜਾਂਦਾ ਹੋਵੇ ਨਾ ਉਹਨੂੰ ਪੁੱਛੋ ਕਿੱਧਰ ਚੱਲਾਂ ਕਹਿੰਦਾ ਡਾਕਟਰ ਕੋਲ ਤੇ ਬੰਦਾ ਪੁੱਛੇ ਡਾਕਟਰ ਕੋਲ ਕੀ ਲੈਣ ਚੱਲਾਂ ਕਹਿੰਦਾ ਬਾਜੀ ਦੀਆਂ ਰਿਪੋਰਟਾਂ ਮੈਂ ਕਿਹਾ ਜੇ ਰਿਪੋਰਟਾਂ ਹੀ ਲੈਣੀਆਂ ਤਾਂ ਮੱਲੇ 'ਚੋਂ ਲੈ ਲਾ
अपने दोस्त नूं गल करदा कहिंदा यार कल दा फोन करन दिया तू मेरा फोन नहीं चुकन दिया इको महल च रहा चंगी गल नहीं कहिंदा यार मैं तेरा फोन चुक लांगा एक अपना इलाज करा डॉक्टर को 4 बजे का टाइम लिया वा वह गया अगले दिन डॉक्टर को गया डॉक्टर ने जा कहिंदा इलाज कराना बीमारी डॉक्टर कहिंदा यू आर लक्की मैन बड़ा चंगा किया तू साडे कोल आ गया वा साडे कोल पहले भी मरीज आए हैं अल्लाह के फजलो करम दा जिन्हों दवाई दी है वह पहली खुराक च ठीक हो गया उन्हें परची बना के दी कहिंदा सामने क्लीनिक मेरा दोस्त है वो जाके ला वो क्लीनिक वाले ने परची पड़ी कहिंदा चंगा किया तू साडे कोल आ गया वा इस तो पहले भी साडे कोल 4-5 बंदे आए ने पहली खुराक ही दस्या जा दवाई दवी ला के घर गया उसका दोस्त चक रहा कहिंदा असला डॉक्टर को कहिंदा ला पहली खुराक ही खाधी अल्लाह के फजलो करन दा हुण मैनू आराम आ वेख ला नहीं फकीर कोई ना फकीर फकीर ने आना नहीं बस तू मेरी ड्यूटी चेंज कर दे तेरी मेहरबानी यार कुड़ी चंगी हैगी ड्यूटी जा के लड़ाई झगड़ा ना तेन भुख लगे कर लड़ाई ना पाया कर सोने सिर बने तेरा हले छिला नहीं मुकया छिला औरत बेमौसमी औरत है बच्चे हो सकता बेगम की जिम्मेदारी तू ले रही हो जवान होना नहीं सी दस्या नहीं पढ़ लिख भी गया तमीज कर ਸ਼ੁਕਰ ਕਰ ਅਸੀਂ ਮੰਗੇ ਲਿਆਉਂਦੇ ਆ ਜੇ ਅਸੀਂ ਮੰਗੇ ਨਾ ਲਿਆਈਏ ਤੁਸੀਂ ਭੁੱਖੇ ਮਰ ਜਾਓ ਉਹ ਦੇਣ ਦੀ ਰੱਬ ਦੀ ਜ਼ਾਤ ਤੇ ਤੁਸੀਂ ਸ਼ਾਕਰ ਹੀ ਨਹੀਂਗੇ ਅਸੀਂ ਵੀ ਤੇ ਉਹਦੇ ਨਾਲ ਹੀ ਮੰਗ ਰਹੇ ਆ ਬੜਾ ਬੜਾ ਇਜਲਾਸ ਕਰ ਰਹੇ ਹੋ ਹਜੇ ਤੱਕ ਤੇਰੀ ਦਾਦੀ ਮੰਗਦੀ ਸਵੇਰੇ ਸਵੇਰੇ ਜਾ ਕੇ ਮੰਗਦੀ ਬਾਜ਼ਾਰ ਹਾਜੀ ਸਾਹਿਬ ਗੱਤੇ ਚਾਹ ਲਾ ਅੱਗੋ ਹਾਜੀ ਵੀ ਤੱਪਿਆ ਹੁੰਦਾ ਕਹਿੰਦਾ ਅੰਦਰ ਆ ਤੈਨੂੰ ਗੱਟੂ ਚਵਾਉਣਾ जनाब तुहाडे प्यो ने सानू इत्थे घर दे विच नौकर रखिया गा ये सारियां गल्लां अपने प्यो नाल करिया गा।
ਤੁਹਾਨੂੰ ਤੁਹਾਡੀ ਵਾਲਦਾ ਰੇੜੀ ਤੇ ਮੰਗ ਕੇ ਪਾਉਂਦੀ ਮੰਗਦੀ ਰਹੀ ਰੇੜੀ ਦੇ ਵਿੱਚ ਪਾ ਕੇ ਯਾ ਅੱਲਾ बकवास बंद कर अज हो जाती है पाई ना, पाई ना बुला। पापा शेर साहब की रौला की बात है की होया की मैं जवान हो गया वड्डा हो गया अपने आप जी होश ना काम लो मैं माशरे च फिरना पढ़े लिखे मेरे दोस्त ने करोड़पति उन्होंने मां प्यो ने बेटा मैं मन के ही सारा कुछ बनाया जायदाद सारी जी बनी मन के बनाया सारा तेरी पढ़ाई से जरा खर्चा लगे मन के ही लाया मैं कितों लाया उसे कोई एहसान नहीं किया कोई एहसान नहीं किया नहीं तेरे ते कोई एहसान हर मां प्यो करता है छड़ दो खानदानी काम हो गया साडे छड़ दो स्टॉप करा दो जो तू जमया है ना मैं उदो अपने प्यो की गल मनी होंगी अज यह गल ना सुननी पैंदी मैनू की मेरा प्यो उदो ही कहना लत्त बन तोड़ दे रेहड़ी से पाया हों रुपया 2500 लिया यानी कि तेरा जहन नहीं चेंज हो रहा मेरे प्यो ने जो किया सी मैं वो मन लेंदा तो ठीक रहना असल गल दस रौला की है अपा जी मेरी मैं तुम दस दवा मैं बहुत प्यार करी मैं तुम आराम में कह रहा करवा छड़ दियो पुत्र तेरी मां तो रही नहीं जी तेन पूछेगी तेन मैं ही पूछना हाँ मैं जी तेरी मां से भी कुछ शेर इन्हें नहीं ब्याह के लिया मैं मंगदिया मैंने गिफ्ट दिया केड़ा गिफ्ट होया सी जी वो इशारे के परले पासे मंगदी बैतरले पासे मंगदा हाँ एक दिन अखा जगह पईआं मैं उन्हें इशारा किया मेरे इशारे से आ गई मेरे पुत्र कमा के लिया देंगे मन के लिया जवान रात नू रोकी दा भाई हर रोज एहो ही कुत्ते खाना हर रोज सोने जी साहब जी इधर ले आ लो जी फार्म पूरा हो गया फार्म पूरे किए जी जी, जी सारा पूरा हो गया सारा छपा लिया शरीयतें शरूतें सारियां हर चीज जी पढ़ लो जनाब ठीक है मुंडे तनखा 50,000 कुड़ी दी तनखा 1,00,000 रुपया जी साहब जी मुंडे नु 2,00,000 रुपया एडवांस कुड़ी नु 4,00,000 रुपया एडवांस जी जी तीन टाइम दा खाना साडा यूनिफॉर्म साडा रहस साडी जी गड्डी लेके भी जाएगी गड्डी लेके भी आएगी वेरी गुड ठीक हो गया जेड़ा शरायत साडी तोड़ेगा 10 साल कैद 10,00,000 रुपया जुर्माना वेरी गुड ओके हो गया ए मैं नेट ते चढ़ दूं जी नेट ते चढ़ दे जल्दी कर वेरी गुड ते इस गल ते जोर देना गड्डी लेके भी जाएगी गड्डी लेके भी आएगी ओके साहब जी पता की गरीबां दे बच्चे हुंदे ने गड्डी ते बैठन नु तरसे हुंदे ने बिल्कुल ठीक है ठीक है ना ओके इस गल ते जोर देना ਇਹ ਗੱਲ ਸਾਰੀਆਂ ਦੱਸ ਲੈਣ ਓਕੇ ਤੇ ਤੁਸੀਂ ਸਿਰਫ ਇਹ ਕਹਿਣਾ ਕਿ ਗੱਡੀ ਲੈ ਕੇ ਵੀ ਜਾਏਗੀ ਗੱਡੀ ਲੈ ਕੇ ਵੀ ਆਏਗੀ ਓਕੇ ਸਾਹਿਬ ਜੀ ਗੱਡੀ ਲੈ ਕੇ ਵੀ ਜਾਏਗੀ ਗੱਡੀ ਲੈ ਕੇ ਵੀ ਆਏਗੀ ਗੱਡੀ ਲੈ ਕੇ ਵੀ ਜਾਏਗੀ ਗੱਡੀ ਲੈ ਕੇ ਵੀ ਆਏਗੀ ਗੱਡੀ ਲੈ ਕੇ ਵੀ ਜਾਏਗੀ ਗੱਡੀ ਲੈ ਕੇ ਵੀ ਆਏਗੀ ਗੱਡੀ ਲੈ ਕੇ ਵੀ ਜਾਏਗੀ ਗੱਡੀ ਲੈ ਕੇ ਵੀ ਆਏਗੀ ਪੁੱਤਰ ਜਦੋਂ ਆਏਗਾ ਕੋਈ ਉਦੋਂ ਕਹਿਣਾ ਹੈ ਪਹਿਲਾਂ ਨਾ ਤੇਲ ਸਾੜ ਪੈਣਾ ਚਲੋ ਚਲ ਤੂੰ ਕਿ ਲੈਣ ਆ ਗਿਆ ਫਿਰ ਤੂੰ ਤੇ ਚਲਾ ਗਿਆ ਇੱਥੋਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਫੋਨ ਨੰਬਰ ਹੈ ਸੀ ਨਾ ਮੇਰਾ करोड़पति ने एमएनए दी कुड़ी है करोड़पति ने हां जी सदका देने ने रिश्ते की गल
ਕਰ ਲੈਣ ਕਿਵੇਂ ਕਰ ਲੈਣ ਤੁਹਾਡੇ ਨਾਲ ਕਰਨੀ ਤੁਸੀਂ ਮੇਰੇ ਪਿਓ ਤੇ ਲੈ ਆ ਮੈਂ ਕਰ ਲੈਣ ਤੇ ਨਾ ਕੱਪੜਿਆਂ 'ਚ ਕਰਨੀ ਇਹਨਾਂ ਨੂੰ ਕੀ ਆ ਜ਼ਰਾ ਬੰਨ ਠੰਨ ਕੇ ਮਿਲੋ ਉਹਨਾਂ ਨੂੰ ਉਹਨਾਂ ਨੂੰ ਹਾਂਜੀ ਮਸਲਨ ਤੂੰ ਕੀ ਚਾਹਨਾ ਮੈਂ ਚਾਹਨਾ ਕਿ ਜ਼ਰਾ ਇਹ ਕੱਪੜੇ ਹੁਲੀਆ ਚੇਂਜ ਕਰੋ ਬਾਜੀ ਠੀਕ ਹੈ ਠੀਕ ਹੈ ਨਾ ਉਹਨਾਂ ਨਾਲ ਗੱਲਬਾਤ ਕਰੋ ਠੀਕ ਹੈ ਠੀਕ ਹੈ ਕੰਮ ਵਧਾ ਕੇ ਪੱਠੇ ਵੜੀ ਮਸਲਨ ਇੱਕ ਦਿਨ ਲਈ ਉਹਨਾਂ ਨੂੰ ਕੱਪੜੇ ਬਦਲ ਕੇ ਮਿਲਣਾ ਇੱਕ ਦਿਨ ਲਈ ਮਿਲ ਲਓ ਠੀਕ ਹੈ ਤੇ ਮੇਰੀ ਝਾੜੀ ਟੁੱਟੇਗੀ ਕੌਣ ਦੇਗਾ ਉਹ ਦੇਗਾ ਜਿਹੜਾ ਸਿਆਸਤਦਾਨ ਨਹੀਂ ਹੈ ਤੂੰ ਦੇਗਾ ਦੱਸ ਅੱਬਾ ਜੀ ਮੈਂ ਤੁਹਾਡਾ ਬੇਟਾ ਵਾਂ ਮੈਂ ਤੁਹਾਡੀ ਔਲਾਦ ਆ ਤੂੰ ਘਰੋਂ ਨਿਕਲ ਗਿਆ ਪੁੱਤਰ ਮੇਰਾ ਕੁਝ ਵੀ ਨਹੀਂ ਲੱਗਦਾ ਜਾ ਪਾਪਾ ਪਲੀਜ਼ ਨਹੀਂ ਨਹੀਂ ਅੱਗੇ ਵੀ ਤੂੰ ਸਾਡੀ ਸਾਰੀ ਰਾਤ ਘਰ ਨਹੀਂ ਹੁੰਦਾ ਤੂੰ ਰਹਿ ਮਾਰੀ ਜਾ ਪਾਪਾ ਪਲੀਜ਼ ਕੰਪਰੋਮਾਈਜ਼ ਮੀ ਚਲੋ ਠੀਕ ਹੈ ਯਾ ਤੂੰ ਮੇਰੀ ਸ਼ਰਤ ਮੰਨ ਲੈ ਮੈਂ ਤੇਰੀ ਮੰਨ ਲੈਗਾ ਦੱਸੋ ਮੈਂ ਫਕੀਰਾਂ ਦੀ ਭਰਤੀ ਸ਼ੁਰੂ ਕਰਨ ਲੱਗਾ ਇੱਥੇ ਮੈਂ ਬੰਦੇ ਹੋਰ ਇਕੱਠੇ ਕਰਨ ਲੱਗਾ ਕਈ ਜਗ੍ਹਾ ਤੋਂ ਫੋਨ ਆਉਂਦੇ ਗਏ ਚੌਂਕ 'ਚ ਤੁਹਾਡਾ ਬੰਦਾ ਹੀ ਕੋਈ ਨਹੀਂ ਬੜੀ ਸ਼ਰਮਿੰਦਗੀ ਜੀ ਹੁੰਦੀ ਮੈਂ ਕਹਿੰਦਾ ਪੁੱਤਰ ਤੂੰ ਇੱਥੇ ਮੈਨੇਜਰ ਬਣ ਕੇ ਪੜ੍ਹਿਆ ਲਿਖਿਆ ਇੱਥੇ ਤੇਰਾ ਭਰਤੀਆਂ ਘਰ ਠੀਕ ਹੈ ਨਾ ਤੇ ਮੈਂ ਇੱਕ ਦਿਨ ਲਈ ਉਹਨਾਂ ਦੇ ਸਾਹਮਣੇ ਆ ਜਾਵਾਂਗਾ ਕੱਪੜੇ ਬਦਲ ਕੇ ਓਕੇ ਸ਼ਰਤ ਆਪਣੀ ਯਾਦ ਰੱਖਣਾ ਓਕੇ ਓਕੇ ਡਨ 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 ਓ ਸੋਲੇ ਜੀ ਸਰ ਜੀ ਆ ਪਰਫਾਰਮਾਂ ਦੇ ਇਹਨੂੰ ਲਓ ਸਾਹਿਬ ਜੀ ਪਰਫਾਰਮਾਂ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕਰ ਬੜੀ ਜੂਬਲੀ ਜਿਹੜਾ ਕੰਮ ਗਿਆ ਹੈ ਬੜੀ ਓਕੇ ਹੋ ਗਿਆ ਬੜੀ ਜੂਬਲੀ ਕੰਪਨੀ ਖੋਲੀ ਪਰਫਾਰਮਾਂ ਇਹ ਤੁਹਾਡੇ ਪਿਓ ਨੇ ਖੋਲੀ ਹੈ ਜਨਾਬ ਜਿਹੜੀ ਨੌਕਰੀ ਛੱਡ ਕੇ ਜਾਏਗੀ ਚਿੱਟਾ ਦੁੱਧ ਰੰਗ ਸ਼ੇਖਾਂ ਦੀ ਕੁੱਤੀ ਆਇਓ ਜਨਾਬ ਆਜੋ ਮੈਡਮ ਕੁੜੀ ਆਈ ਬੜੀ ਸੋਹਣੀ ਨੌਕਰੀ ਆਸੇ ਆਈ ਹੋਣੀ ਚਾਦਰਾ ਚੜ੍ਹਦੀ ਤੂੰ ਮੈਨੂੰ ਈਜ਼ੀ ਲੈ ਰਿਹਾ ਈਜ਼ੀ ਲੈਂਦੀ ਹੋਏਗੀ ਤੂੰ ਬਕਵਾਸ ਕਰ ਰਹੇ ਹੋ ਮੇਡੀ ਸਰ ਤਮੀਜ਼ ਸੇ ਬਾਤ ਕਰੋ ਉਸਕੇ ਸਾਥ ਓਕੇ ਆਪ ਨਾ ਬੋਲਣਾ ਇਹਨੂੰ ਕਹੇ ਆਰਾਮ ਨਾਲ ਆਰਾਮ ਆਰਾਮ ਨਾਲ ਹੀ ਮੇਰੀ ਸਿਹਤ ਤਾਂ ਵੇਖ ਇਸੇ ਤਿਲਕ ਨਹੀਂ ਮਾਰਿਆ ਬੱਚਿਆ ਤਿਲਕਣਾ ਤੇ ਹੈ ਹੀ ਆ ਤੇਲ ਲੱਗਾ ਚੁੱਪ ਕੀ ਆ ਵੇਖ ਲਾ ਤੇਲ ਲੱਗਾ ਉਸਾ ਆ ਗਿਆ ਨਾ ਉਸਕਾ ਛੋਟਾ ਬੱਚਾ ਹੈ ਤੋਬਾ ਯਾਲਾ ਕਿੱਦਾਂ ਛੋਟਾ ਹੈ ਪਹਿਲੇ ਛੋਟਾ ਹੀ ਹੁੰਦਾ ਹਾਂ ਬਾਹਰ ਜਿਹੜਾ ਡਾ ਹੁੰਦਾ ਪੁੱਛ ਲੈ ਨੂੰ ਦੱਸ ਰਾਤ ਕੀ ਹੋਇਆ ਤੇਰੇ ਨਾਲ ਰਾਤੀ ਇੱਧਰ ਆ ਜਾ ਤੂੰ ਮੇਰੇ ਹੱਥੋਂ ਸਾਇਆ ਹੋਣਾ ਮੈਂ 2 ਮਹੀਨੇ ਦਾ ਤੂੰ ਮੱਖ ਜਾਣਾ ਤੇਰੇ ਤੇ ਬਕਵਾਸ ਆਪਣੀ ਬੰਦ ਕਰ ਦਾ ਛੱਡ ਦੇ ਕੁੜੀ ਦੀ ਜਾਨ ਛੱਡ ਦਿਓ ਤੂੰ ਚਾਹਨਾ ਕੀ ਹੈ ਮੈਂ ਚਾਹਨਾ ਤੂੰ ਮੈਨੂੰ ਇੱਥੇ ਲੰਮਿਆਂ ਪਾ ਕੇ ਮੁੰਡੋ ਲੈ ਮੇਰਾ ਫੀਤੀ ਫੀਤੀ ਕਰ ਦੇ ਨਹੀਂ ਮੈਂ ਸੱਚੇ ਮੇਰਾ ਬੱਚਾ ਮੈਂ ਮੋਹ ਬੋਲ ਉਹ ਬੱਚਾ ਨਹੀਂ ਇਕੱਠਾ ਕੁੱਠਾ
यार पता नहीं चुप साहब जी बैठे ने क्या खाए पिएगी आप कुछ भी खिला दे क्या खाएंगी अच्छा ये नौकरी के लिए आई है जी है? जी इश्तेहार पढ़ लिया होगा जी है? जी नौकरी चाहिए जी नौकरी से देनी चौक नहीं देनी शर्ता सुन लो जी जी 2 लाख रुपए एडवांस है अच्छा 1 लाख रुपए तनखा ते कंपनी तानू यूनिफॉर्म भी देगी अच्छा ते 3 वगे का खाना अच्छा ते सब तो बड़ी गल है कि गड्डी लेके भी आएगी गड्डी छोड़ के भी आएगी साहब ने कैसे गलते जोर दे अच्छा हां गड्डी लेके भी जाएगी ते गड्डी लेके भी आएगी हां जी सहूलता तो बहुत ने और अगर अगर तुम नौकरी छोड़ने की कोशिश की थी 10 साल कैद में मशक्कत ते 10 लाख रुपए जुर्माना ऐ मशक्कत की है बाकी चेयरमैन साहब आप करना की है काम की है काम तो चेयरमैन साहब आप आके दस चलो साहब चेयरमैन साहब साहब जी कौन आया नौकरी के लिए अस्सलाम वालेकुम जी वालेकुम सलाम तुसी कौन मैं कंपनी का मालिक हूं जी कंपनी का मालिक गंजे आ रहे हैं शुरू हो गए ने आजकल गंजे ही आ रहे हैं जी चैन गुठे ओके 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 जी तुसी मालिक जी अच्छा तो मैं करना की है पहला भी कर दे हो बैंक च जॉब उधर कर दे कैशियर ਲੋ ਫਿਰ ਤੁਹਾਡੀ ਕਿਸਮਤ ਹੀ ਖਰੇ ਇਹੋ ਜੀ ਤੇ ਪੈਸੇ ਕਿੰਨੇ ਨੇ ਬਸ ਅੱਛਾ ਇਹ ਵੀ ਨੌਕਰੀ ਉਹੋ ਹੀ ਜੇ ਵਾਕਈ ਹਾਂਜੀ ਅੱਛਾ ਥੋੜਾ ਜਿਹਾ ਫਰਕ ਹੈ ਉੱਥੇ ਬੱਚੇ ਕਹਿੰਦੇ ਇੱਥੇ ਖੁੱਲੇ ਦਿਨ ਮੈਂ ਕੋ ਸਮਝੀ ਨਹੀਂ ਕਰਨਾ ਕੀ ਹੈ ਮੈਂ ਤੁਸੀਂ ਮੰਗ ਲੈ ਜੀ ਆਸਪਾ ਖੜਦਾ ਮੈਂ ਨਹੀਂ ਮੰਗਣਾ ਕਿਉਂ ਨਹੀਂ ਮੰਗਣਾ ਲੈ ਵੀ ਸੋਹਣੀ ਕੁੜੀ ਮੰਗੇ ਕੌਣ ਸੋਹਣੀ ਮੈਂ ਤੇਰਾ ਮੂੰਹ ਧਵਾਇਆ ਦੋ ਵਿਚਕਾਰ ਲੈ ਨਾਲੋਂ ਵੀ ਭੈੜੀ ਨਿਕਲ ਸਕਦੀ ਸੋਹਣੀ ਚੱਲ ਕਿਉਂ ਨਹੀਂ ਜਾਣਾ ਮੈਂ ਮੰਗਦਾ ਹੀ ਨਹੀਂ ਮੈਂ ਜਲਾਦ ਨੂੰ ਬੁਲਾ ਬਾਰ ਜਲਾਦ ਮੈਂ ਕਸਮ ਉਹ ਤੇਰੀ ਭਣ ਤੂੰ ਮੇਰੀ ਅੱਖ ਕੱਢੇਗਾ ਤੇਰੇ ਅੱਖ ਇੱਥੇ ਹੁੰਦੀ ਹੈ ਇੱਥੇ ਹੁੰਦੀ ਉਹ ਮੈਂ ਡਰ ਵੀ ਤੇ ਗਿਆ ਨਾ ਭਾਈ ਕਸਮ ਮੈਂ ਕਦੀ ਨਹੀਂ ਮੰਗਿਆ ਕਿੰਨੇ ਮੈਂ ਮੰਗੇਗੀ ਨਹੀਂ ਤੇ ਕੌਣ ਦੇਗਾ ਚੱਲ ਅਗਲਾ ਅਗਲਾ ਚੱਲ ਅਗਲਾ ਉਮਰ ਹੈ ਸਾਹਿਬ ਜੀ ਦਾ ਕਰਨਾ ਕੀ ਆਪਣੇ ਅਰਕੀ ਕਰਕੇ ਬਾਹਰ ਕੱਢ ਦੇ ਬਸ ਚੱਲ ਲੋਈ ਕਰਿਓ 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 ਇੱਕੋ ਵੇ ਇੱਕੋ ਨੌਕਰੀ ਆਈ ਸ਼ੁਰੂ ਹੋ ਗਈ ਕਾਡੀ ਹੋ ਗਈ ਬਸ ਠੀਕ ਹੈ ਇਹ ਫਾਰਮਾਂ ਪੜ ਲਓ ਤੁਸੀਂ ਠੀਕ ਹੈ ਠੀਕ ਹੈ ਇਹ ਮੈਨੇ ਐਂਟਰੀ ਕਰ ਦਿੱਤੀ ਹੋ ਮੈਂ ਸਦਕੇ ਜਾਵਾ ਓਏ ਹੋ ਤੁਸੀਂ ਮੇਰੇ ਲਾਗੇ ਜਾ ਕੇ ਰਾਣੇ ਦਾ ਦਿਲ ਖੁਸ਼ ਕਰ ਦਿੱਤਾ ਔਰ ਰਾਣਾ ਅੱਜ ਤੱਕ ਕਦੀ ਕਿਸੇ ਦੇ ਡੇਰੇ ਤੇ ਨਹੀਂ ਸੀ ਗਿਆ ਰਾਣਾ ਆਪ ਚੱਲ ਕੇ ਨੌਕਰੀ ਲੈਣ ਤੁਹਾਡੇ ਡੇਰੇ ਤੇ ਆ ਗਿਆ राणे का ना एडा सारा करता तू मेनू शहजादा लग लो यकीन कर राणे की तू इज्जत की मेरी कहती फिर और राणे तेरे लागे च एडिया महंगिया नौकरियां तू मैं फरिश्ता लग ला यकीन कर मैं कहना राणे का दिल तू खुश कर दिता नौकरियां एनिया वंटदियां राणा आप नौकरी ले आया तू मैं आदि ले ला ओ 1.5 साल तो इतने आ तू परसों आया मैनू आवाम मेरी पुछती फिरदी राणिया एडिया महंगिया नौकरियां लियाउण वाला बंदा है कौन तू मैनू फरिश्ता यार नहीं लग रहा भाई और अरे
खुश हो गया। ओके खुश हो गया। खुश हो गया। मैं कहना मैनू नौकरी लभे ना लभे राणे दा दिल तू खुश करता तू मैनू फरिश्ता। नौकरी एडी महंगी नौकरी राणा छड़दा नौकरी नहीं आयो ना। हाँ रोकी सुनानी नहीं मेरे वालों डन समझो राणा इतने पक्का नहीं नहीं पहले सुन लो की 2 लाख रुपया तुम्हें एडवांस मिलेगा। खुश हो गया आपा 2 लाख 50,000 महीने बाद राणे नू महीने बाद 50,000 भी लगना तू मेनू फरिश्ता मैं कहना हट जा खुश हो गया मैनू लुट लिया राणे नू तुसी लुट लिया सदके राणे का खुलता फिरना सब कुछ राणा अज खुश ही है राणा साहब और राणे को कैप्टन की डब्बी जो के पैसे नहीं होंगे 2 लाख और अगर अगर नौकरी छोड़ने की कोशिश की थी ठीक है 10 लाख रुपया कैद बा मशक्कत तो 10 लाख रुपया जुर्माना होगा इन्हें छड़नी वो राणे ने नौकरी पहली बारी लगी है मैं राणे ने पहन दूसरी ली ओके यहाँ पे राणा साहब साइन कर दे यहाँ अंगूठा लगा दे साइन करे राणा मां साइन नहीं करने आंदे तो की करना अंगूठा लगा लो लो जबान कटो यूनिफॉर्म क्यों नहीं सौंदे तुसीं ला के ਕਿਸੇ ਟਾਈਮ ਵੀ ਕਸਟਮਰ ਆ ਸਕਦਾ ਆ ਜਾ ਭਾਈ ਲੈ ਆਪਣਾ ਚੇਅਰਮੈਨ ਉਹ ਚੇਅਰਮੈਨ ਬੁਲਾ ਹਾਂਜੀ ਚੇਅਰਮੈਨ ਬੁਲਾ ਜਾ ਭਾਈ ਜੀ ਮੈਂ ਚੇਅਰਮੈਨ ਦੇ ਮੈਂ ਚੇਅਰਮੈਨ ਹਾਂ ਜੀ ਜਿਹੜੀ ਤਨਖਾਹ ਦੱਸੀ ਮਿਲ ਜਾਊਗੀ ਬਾਕੀ ਚੇਅਰ ਮਿਲੇਗੀ ਜੀ ਮਿਲੇਗੀ ਤਨਖਾਹ 50,000 ਰੁਪਏ ਤਨਖਾਹ 2 ਲੱਖ ਰੁਪਏ ਐਡਵਾਂਸ ਤੂੰ ਰਹਿਣ ਦੇ ਜਿਹੜਾ ਮੈਂ 100 ਦਿੱਤਾ ਵਾਪਸ ਕਰ ਦੇ ਤੇਰੀ ਮਿਹਰਬਾਨੀ ਭਾਈ ਉਹ ਤੇ ਤੂੰ ਸਦਕਾ ਦਿੱਤਾ ਮੈਂ ਵੀ ਸਦਕਾ ਹੀ ਲੈਣਾ ਵਾ ਜੀ ਗੱਲਾਂ ਕਰ ਦੋ ਮੈਂ ਪੈਸੇ ਜਿਹੜੇ ਦੱਸੇ ਆ ਮਿਲ ਜਾਣਗੇ ਮਿਲਣਗੇ ਆ ਜੇ ਕਹਿੰਦਾ ਐਗਰੀਮੈਂਟ ਹੋਇਆ ਤੁਹਾਡੇ ਨਾਲ ਹਾਂ 2 ਲੱਖ ਐਡਵਾਂਸ 50,000 ਮਹੀਨਾ ਇਹਨਾਂ ਨੇ ਕਿਹਾ ਐਸ਼ ਵੀ ਸਾਰਾ ਕੁਝ ਖਾਣ ਪੀਣ ਗੱਡੀ ਲੈ ਕੇ ਵੀ ਜਾਈ ਗੱਡੀ ਲੈ ਕੇ ਵੀ ਆਏ ਠੀਕ ਹੈ ਕਪੜੇ ਆ ਕੀ ਗੁਰਬਤ ਆਈ ਹੈ ਤੁਹਾਡੇ ਤੇ ਵੈਸੇ ਰੱਬ ਸੌਣ ਵਾਲੇ ਹੁਣੇ ਸੌਣ ਵਾਲੇ ਸਾਦਗੀ ਚ ਰਹੀ ਦਾ ਨਾ ਤੇਰਾ ਠੀਕ ਹੈ ਮੈਂ ਕਰਨਾ ਕੀ ਰਾਣੇ ਨੇ ਕਰਨਾ ਕੀ ਦੱਸ ਦਿਓ ਪਹਿਲਾਂ ਕੀ ਕਰਦੇ ਹੋ ਅੱਜ ਤੱਕ ਰਾਣਿਆਂ ਨੇ ਕਦੀ ਕੁਝ ਕੀਤਾ
ਨਹੀਂ ਵਾਕਈ ਮੈਂ ਵੇਖੇ ਨੇ ਧਾਣੇ ਅਕਸਰ ਵਿਹਲੇ ਹੀ ਹੁੰਦੇ ਦੱਸੋ ਕੀ ਕਰਨਾ ਤੁਸੀਂ ਮੰਗਣਾ ਰਣ ਸਾਹਿਬ ਅੱਜ ਤੋਂ ਬਾਅਦ ਤੁਸੀਂ ਨਾਣੇ ਨਹੀਂ ਤੁਸੀਂ ਮੰਗਵਾਉਣੇ ਹੋ ਇਹ ਕੋ ਰਾਣਿਆਂ ਦੀ ਨਵੀਂ ਗੋਤ ਚੱਲੀ ਹੈ ਅੱਜ ਜਦੋਂ ਸੈਨ ਕੀਤੇ ਉਸ ਤੋਂ ਬਾਅਦ ਚੱਲੀ ਹੈ ਹੁਣ ਦੱਸੋ ਕਰਨਾ ਕੀ ਹੈ ਜਿਹੜੇ ਕੰਮ ਤੇ ਲਾਉਣਾ ਲਾਓ ਰਣ ਸਾਹਿਬ ਮੰਗਣੇ ਤੁਸੀਂ ਮੰਗਣਾ ਉਹ ਤੇ ਆਹ ਕੰਮ ਕਰ ਜਾ ਗਿਆ ਅੱਜ ਤੱਕ ਰਾਣਾ ਮੰਗਦਾ ਚੰਗਾ ਲੱਗਦਾ ਨਹੀਂ ਚੰਗਾ ਤੇ ਨਹੀਂ ਲੱਗਦਾ ਲੇਕਿਨ ਸੈਨ ਕੀਤੇ ਉਹ ਸੈਨ ਕੀਤੇ ਪਾੜ ਕੇ ਸੁੱਟ ਦੇ ਹੁਣ ਮੈਂ ਰਾਣਾ ਹੁਕ ਮੰਗਦਾ ਫਿਰ रोवो ना सिर्फ मैनु दसो ताडी लत सौंदी के बांस सौंदी आज मैं इंज सौना सुखी रही है ਖੱਬੀ ਬਾਹ ਵੱਢਣੀ ਵਈ ਆ ਲਾਈ ਬਾਹ ਵੱਢਿਆ ਹਾਂਜੀ ਨਹੀਂ ਕਰ ਰਿਹਾ ਨਾ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਓਏ ਲੋ ਲੋ ਅਗਰਾ ਖੜੇ ਰਹਿਣ ਲੰਮੇ ਬਾਹ ਵੱਢੀ ਦੋ ਹੋ ਗਈਆਂ ਹਾਂਜੀ ਰਾਣਾ ਵੀ ਦੋ ਹੋ ਗਈ ਦੋ ਰਾਣੇ ਨੂੰ ਸਨੇਕ ਤੇ ਮੈਨੂੰ ਲੱਗਦਾ ਪੂਰੀਆਂ ਹੋ ਗਈਆਂ ਨੌਕਰੀ ਆ ਯਾਰ ਬਸ ਮਜਬੂਰੀ ਏ ਹਾਂਜੀ ਮਾਰੇ ਕੋਣ ਆ ਨੌਕਰੀ ਆਣੀ ਹੋਣੀ ਅੱਛਾ ਵੈਰੀ ਗੁੱਡ ਵੈਰੀ ਗੁੱਡ ਓ ਨੌਕਰੀ ਆਈ ਏ अच्छा नौकरी अच्छा भेजो 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 आ रही बस में लो दरवाजा खोल जब पीते पालो जब पिया आ रही आई भाई जी जी ऐसे करो कैसे डुम डुम कितों अच्छा ऐसे करना ऐसे करो डुम 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 टक 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 आहा ओहो ओहो की करते की हो डुम डुम हां टक टक हां आहा ना बंदा दे डुम डुम नु छेड़े ना टक टक नु एदी आहा ते छितर फेर बगा की कही हुंदी आ क्या बदतमीजी है ये है ही अजय दादी बहुत शुक्र जो बहुत है यार इधर हो जा डुम डुम ते चल गए हैं लख लाना कैसे आप मैं ठीक हूं ये क्या करती हैं आप ऐसे आप ही करें कैसे डुम 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 टक 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 आहा राणा याद आंदा फिर आपके पास तो इतनी सी डुम डुम नहीं होनी ओए तू ना कराई तू ओ चुटकी तू ना कराई ओ क्या ओने डुम डुम टक टक करना ना हाँ। आ हाथ तू खराब हो जाना ओ नहीं यार चलो की कर दियो ऐसे करो ऐसे डुम 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 हिलाओ ना डुम डुम को हिल रही है नजर नहीं आ रही नहीं नहीं नौकरी इतनी प्यारी है आप ये देखिए कैसे लग रहा है बहुत प्यारा लग रहा है अच्छा लग रहा है हाँ छतरी नुमा लग रहा है या या छतरी लग रही है आज भूल गई थी हाँ छतरी छतरी है आपको ये जी छतरी बारिश पवे तो पनाह मिल जाएगी कारी पनाह मंगाने हैं पलामा राणे नु सॉरी ऐ छतरी चोंदी है चोंदी हां जी चोंदी है कोई गल नहीं सिपाहियां खाया कर बैठ बैठे हाँ जी उसके साथ खुशी ये सुन लो हाँ जी ये परफॉर्मा कंपनी का ओके
एक्चुअली आपको 4 लाख रुपया एडवांस दिया जाएगा। ओके पहली बार ही देखी। ओ वाह यहाँ पे तो ज्यादा डुम डुम बनेगा ना यार। 4 लाख मैं तो 4 लाख का मिलना। 4 लाख तो सुन के बात ही चेंज होगी। 10 लाख का कहने करना। महाना तनख्वाह मुझसे जो मर्जी करवा। नहीं है कुछ नहीं करवाना। क्यों? हम मजबूर हैं। ओके चलिए बताएं मुझे। माँ से दूर हैं। हाँ ठीक है ओके कबूल है। उसके बाद कंपनी तनु यूनिफॉर्म भी देगी। यूनिफॉर्म भी देगी? हाँ ऐलान है फिर। नहीं हाँ मसल मसल रोके ने इन टाइम का खाना भी तुम कंपनी देगी। सब तो बड़ी गल है कि गड्डी लेके भी जाएगी गड्डी लेके भी आएगी। पाकिस्तान दो चीजें मशहूर है न्यू चौधरी ते फौजिया चौधरी। फैन हो गए मुझे बताए मुझे क्या करना मुझे जल्दी से बता दे। ये आपको मारे ओ बीबी मुंह ना गल कर भांडे ते ना हलाई आ सारी बाजार डम 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 डम। खैर जो करना की हैं करना क्या बताएं हमारे चेयरमैन साहब आपको बताएंगे जल्दी से बताएं। चेयरमैन साहब चेयरमैन साहब बोल ए कोड़े। हां जी ए कोड़े गंजा ਡਲੇ ਕਿਉਂ ਗੰਜਾ ਵੇਖ ਕੇ ਹਾਂਜੀ ਐਡਾ ਵੱਡਾ ਗੰਜਾ ਵੇਖ ਕੇ ਜੀ ਵਾਲੀ ਇਹ ਕੌਣ ਹੈ ਜੀ ਮੈਂ ਕੰਪਨੀ ਦਾ ਚੇਅਰਮੈਨ ਹਾਂ। ਇਹ ਤੁਸੀਂ ਚੇਅਰਮੈਨ ਹੋ ਜੀ ਜੀ ਤੇ ਮੈਨੂੰ ਕਰਨਾ ਕੀ ਪੈਗਾ ਪਹਿਲਾਂ ਵੀ ਕਰਦੇ ਹੋ ਪਹਿਲੇ ਤਾਂ ਮੈਂ ਮੋਲਡਿੰਗ ਕਰਨੀ ਹੈ ਇੰਜਨ ਕਰਕੇ ਮੋਲਡਿੰਗ ਕਰਤੀ ਹੋ ਪਹਿਲੇ ਉਹ ਨਹੀਂ ਨਹੀਂ ਇੰਜ ਹੀ ਹੁੰਦਾ ਕਹਿੰਦੇ ਹੁਣ ਤਾਂ ਤੁਸੀਂ ਦੋਵੇਂ ਪਾਵਾਂ ਇੰਜਨ ਕਰਦੇ ਹੋ। नाश्ते च सवेरे बांदर खाता सी। हाँ जवान इश्तिहार तो दिता है। पता नहीं केड़े कंजर ने दिता इश्तिहार तो दिता है। हाँ जी सर असी दे बैठे हैं जी। तानू तानू क्यों की लोड़ पै गई? नौकरी वास्ते आया मैं। नौकरी वास्ते? आहो ए तो ठीक है फिर 2 लाख रुपए एडवांस। अच्छा ओ बेबे 2 लाख रुपए एडवांस ही ए कौन बेबे आए? अच्छा उत्ते है 50,000 रुपया तानू महाना तनखा मिलेगी जी। ओ बेबे 50,000 रुपया तनखाई? वाई वाह ते यूनिफॉर्म कंपनी देगी? ओ बेबे कपड़े भी कंपनी देगी। ए खाला जी ने? आहो ए ते नाल कौन है? ओए बदमाश है सर। कुछ नहीं जी गलती हो। ओ खाला जी इंज खलोते ने स्लिपे च ने। ओए सर 3 टाइम का खाना भी कंपनी देगी। अबे बे 3 टाइम की रोटी भी कंपनी देगी। ते भी दसो गड्डी लेके भी आएगी गड्डी छड़ के भी जाएगी? हां गड्डी लेके भी जाएगी। अबे बे गड्डी लेके भी जाएगी ते छड़ के भी जाएगी। सर तानू वो शर्त मंजूर ने? मंजूर ने ओए अच्छे अपनी मर्जी ना साइन कर दियो सर। अगली शर्त भी दस दियो। जुर्माना है। अच्छा अगर तुसी
ਛੱਡ ਕੇ ਗਏ ਤੇ ਫਿਰ ਤੇ ਬਾਕੀ ਦੀ ਗੱਲ ਜਿਹੜੀ ਚੇਅਰਮੈਨ ਸਾਹਿਬ ਆਪ ਕਰਨਗੇ ਚੇਅਰਮੈਨ ਕਿੱਥੇ ਗਏ ਓਏ ਚੇਅਰਮੈਨ ਸਾਹਿਬ ਸਾਹਿਬ ਜੀ ਕੀ ਲੋੜਾ ਭਾਰਨ ਦੇ ਜੀ ਅਖਰਾਮ ਦੱਸਿਆ ਦਿਓ ਦਸ ਵੀ ਮੈਂ ਜਾਵਾਂ ਯਾਰ ਵਿੱਚੋਂ ਦਿਓ ਯਾਰ ਰੋਟੀ ਦੇ ਦਿਓ ਥੋੜ੍ਹੀ ਜੀ ਬਾਅਦ ਚ ਗੋਲੀ ਵੱਜੀ ਥੱਲੇ ਨਾ ਡਿੱਗ ਪਾ ਅੰਨਾ ਹੋਇਆ ਹੋਇਆ ਉਹਦੇ ਹੱਥੀ ਪਸਤੌਲ ਸਹਿਣ ਕਰਾਉਣ ਡਿਆ ਆ ਤੂੰ ਕੌਣ ਹੈ ਮੈਨੂੰ ਆਪ ਨੀ ਪਤਾ ਮੈਂ ਕੌਣ ਕੁਛ ਨਹੀਂ ਖਾਣਾ ਓਏ ਅੱਛਾ ਨੀ ਲੱਗਦਾ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਤੂੰ ਕੌਣ ਹੈ ਮੈਂ ਜੀ ਹਾਂਜੀ ਕੀ ਦੱਸਿਆ ਕੁਛ ਵੀ ਨੀ ਅੱਲਾ ਦਾ ਬੰਦਾ ਜੀ ਮੈਂ ਕਿਉਂ ਨੂੰ ਲੱਗਿਆ ਜੀ ਇੱਥੇ ਘਰ ਚ ਕੰਮ ਸ਼ੁਰੂ ਕਰੀ ਦੇ ਨੇ ਅੱਛਾ ਤੁਸੀਂ ਖੈਰ ਨਾ ਆਏ ਹੋ ਨੌਕਰੀ ਵਾਸਤੇ ਆਇਆ ਹੈ ਅਸੀਂ ਆਪ ਤੁਹਾਡੇ ਨੌਕਰ ਹੁਕਮ ਕਰੋ ਤੁਸੀਂ ਕਿਹੜੀ ਨੌਕਰੀ ਚਾਹੀਦੀ ਜਿਹੜੇ ਇਸ਼ਤਿਹਾਰ ਦਿੱਤਾ ਜੇ ਹਾਂਜੀ ਤੇ ਪਹਿਲਾਂ ਕੀ ਕਰਦੇ ਹੋ ਬੰਦੇ ਕਤਲ ਕਰੀ ਦੇ ਨੇ ਦੋ ਨੌਕਰੀ ਮੈਂ ਤਾਂ ਹੜੱਪੇ ਬਾਜੀ ਨੂੰ ਮਿਲਣ ਚੱਲਾਂ ਤੁਹਾਡਾ ਕੰਮ ਚੰਗਾ ਭਲਾ ਚੱਲਣ ਡਿਆ ਤੁਸੀਂ ਕਿਉਂ ਛੱਡਿਆ ਸੋਹਣਾ ਤੁਹਾਡਾ ਕੰਮ ਚੱਲਣ ਡਿਆ ਤੁਸੀਂ ਕਿਉਂ ਛੱਡਿਆ ਬੰਦੇ ਬੰਦੇ ਕਤਲ ਕਿਉਂ ਕਰਦੇ ਓਏ ਝੂਠ ਬੜੇ ਬੋਲਦੇ ਸਾਨੂੰ ਟਾਈਮ ਨਿਕਲਦਾ ਸਾਡੇ ਯਾਰਾਂ ਜੀ ਗੱਲ ਪਤਾ ਕੀ ਹੈ ਕੀ ਗੱਲ ਤੇ ਤੁਸੀਂ ਇਹ ਕੰਮ ਕਿਉਂ ਕਰਨ ਲੱਗੇ ਤੁਸੀਂ ਬਦਮਾਸ਼ ਆਦਮੀ ਸਾਡੀ ਮਾਂ ਨੇ ਸਾਨੂੰ ਮਨਾ ਕਰਤਾ ਹੈ ਕਤਲ ਕਰਨ ਤੋਂ ਮਾਂ ਦੀ ਗੱਲ ਮੰਨਣੀ ਚਾਹੀਦੀ ਹੈ ਹਾਂਜੀ ਹਾਂਜੀ ਮਾਂ ਦੀ ਗੱਲ ਮੰਨੀ ਹੋਏ ਸਾਰੀ ਜ਼ਿੰਦਗੀ ਬੰਦਾ ਤਰਦਾ ਮੈਂ ਤੈਨੂੰ ਦੱਸਾਂ ਜੀ ਹਾਂ ਮਾਂ ਦੀ ਗੱਲ ਨਹੀਂ ਟੱਲਣੀ ਚਾਹੀਦੀ ਆਹ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਹੈ ਅੱਜ ਤੋਂ ਬਾਅਦ ਕਤਲ ਨਹੀਂ ਕਰਨਾ ਨਹੀਂ ਕਰਾਂਗੇ ਕਿਸੇ ਨੂੰ ਪੂਰੀ ਗਾੜੀ ਤੇ ਵੀ ਨਹੀਂ ਮਿਲਣਾ ਔਰ ਨਹੀਂ ਵੇਖਾਂਗੇ ਓਏ ਆ ਜਿੱਪੀ ਚੁੱਪੀ ਵੀ ਨਹੀਂ ਦੇਣੀ ਮੈਂ ਨਹੀਂ ਦੇਵਾਂਗੇ ਤੇ ਉਹ ਠੀਕ ਹੈ ਕਰਨਾ ਕੀ ਹੈ ਗੱਲ ਤੇ ਫੇਰ ਹੋਈ ਆ ਗਈ ਮਾਜੀ ਤੁਸੀਂ ਇਹ ਲੋਕ ਬਦਮਾਸ਼ ਆਦਮੀ ਆ ਦੇਖੋ ਅੱਲਾ ਨਾ ਕਰੇ ਅਸੀਂ ਤੁਹਾਨੂੰ ਕੰਮ ਕੀ ਸਮਝਾਣਾ ਅੱਲਾ ਨਾ ਕਰੇ ਤੁਹਾਡੀ ਦੁਸ਼ਮਣੀ ਨਹੀਂ ਹੋਣੀ ਆ ਫੇਰ ਨਹੀਂ ਹੁੰਦੀ ਹੋਣੀ ਹੁੰਦੀ ਏ ਅੱਲਾ ਨਾ ਕਰੇ ਤੁਹਾਡੀ ਸੱਚੀ ਲੱਤ 'ਚ 3 ਫੈਰ ਵੱਜ ਜਾਂਦੇ ਨੇ ਅੱਛਾ ਤੁਸੀਂ ਕਿਵੇਂ ਟੁਰੋਗੇ ਇਹ ਇੰਜ ਕੰਮ ਤੇ ਹੁੰਦਾ ਤੁਹਾਨੂੰ ਸ਼ਰਮ ਆਈ ਹੈ ਉਹ ਗੱਲ ਪੁਆਇੰਟ ਤੇ ਕਹਿ ਦੱਸੇ ਭਾਈ ਗੱਲ ਪੁਆਇੰਟ ਤੇ ਸੈਂਡ ਐਕਟਰ ਚੰਦਰ ਬਸ ਬੰਦ ਕਰ ਦਿਓ ਚੱਲ ਲੈ ਜਾ ਵੀ ਮੇਰੀ ਗੱਲ ਤੇ ਸੁਣੋ ਹੁਣ ਮੇਰੀ ਸ਼ਰਤ ਜਿਹੜੀ ਮੇਰੇ ਨਾਲ ਲਾਈ ਸੀ ਤੁਸੀਂ ਬਾਕੀ ਦੀ ਕਿਹੜੀ ਉਹ ਮੈਨੂੰ ਲਾਭ ਹੋਇਆ ਜਿਹੜਾ ਪਿਓ ਆਣਾ ਕੁੜੀ ਦਾ
अरे पार्वती, तुमने मुझसे शादी नहीं करनी तो मुझसे कह दिया होता। तुमने मामा ठाकुर की दिल की चिता कुचलाई। अरे आज तू बड़ी होकर बड़ी बड़ी बातें करती हो। वो दिन याद करो जब तुम्हारे माता पिता तुम्हें मंदिर में दर्शन कराए, शंकर भैया ने तुम्हारे माता पिता की हत्या कर दी, तुम्हें मंदिर में नाच छोड़ दिया। मगर जब मामा ठाकुर मंदिर में प्रसाद पान तुम पर दया खाकर तुम्हें हवेली में लेकर आए, अरे बचपन से लेकर आज तक तुम इतनी खुशी थी, मगर आज तुमने मामा ठाकुर के मानों का गला तोड़ दिया। अरे तुम तो इतनी पापी हो चुकी कि मंदिर की धूल सात जन्मों तक भी अपने माथे में लगाती रहो तो गुनाहों का बाल नहीं कर सकती। शबीर गंगो जी लाहौर। जेस राणी ने सिगरेट कभी मांग के नहीं पीता, दर दर मंगवाता ही किसे खोती ने बचे हो। कौला बहुत ठंडा पर लाली तेरी मैं भैन तेरी व्यापारी आए ना मेरी गल सुनो राणे, वे तेरा मास किथे है? वो हैगा एक जगह ते इकट्ठा होया। शट अप। शट अप क्यों? तेनू शट अप उन्हें कहो दे की दे 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 की दे दे बारो मंग जाके शुरू करने दे दे राणे राणे तेरी तो शक्ल भी दस दी है तू जिन्ना दे दे तेरे को की है ਆ ਗਿਆ ਓਏ ਕੋਈ ਬਦਮਾਸ਼ ਅਲੀਆਂ ਦੇ ਸਖੀ ਨੂੰ
ਅੰਨਿਆਂ ਦੇ ਸਖੀ ਨੂੰ ਉਹ ਸਖੀਆ ਦੇ ਅੰਨੇ ਨੂੰ ਆਹੋ ਅੰਨਿਆਂ ਦੇ ਸਖੀ ਨੂੰ ਫਤਮਾਸ਼ਾ ਕੀ ਹੋਇਆ ਉਹ ਤੂੰ ਹੀ ਦੇ ਤੂੰ ਮੈਂ ਦੇਣਾ ਕਾ ਹੋਇਆ ਹਟੇ ਚਲੋ ਦੇ ਦੇ ਬੀਬੀ ਹਾਂ ਦੇ ਦੇ ਕੀ ਬੀਬੀ ਦੇ 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 ਉੱਪਰੇ ਘਰ ਨਾ ਭਰ ਜਾਣਗੇ ਵੀ चौंक खलोती होना वा तू मनोरंजन का बंदोबस्त किया जाए सदके राणा मेरी छेड़ी बनाती आपको वो राणा मेरा भाई है ना वो मुझे काना करने की कोशिश कर रहा था असल में वो कामयाब हो चुका था मेरे भाई लोग देख रहे थे हाँ। आप हुए तो नहीं ना नहीं नहीं पक्की बात है ना जानू आपकी इन बातों से क्या लेना थे नहीं ना चोना मजाक कर रहा था जानू आपका घर बहुत प्यार है जानू शादी के बाद एंजॉय करेंगे आप आ जानू हम हनीमून कहाँ मनाएंगे पासवर्ड बना तुम्हारा हाँ बने उकाड़े चलो आप मेरी इंतजार कर रहे हो मजाक कर रहा हूँ छपा जी मजाक कर रहे हैं मेरी जान जानो आपके घर में और कोई नहीं है मेरी जान मेरे पापा हैं पापा पापा है मेरे और कोई जी आ गई 4 लाख एडवांस जी ओए तेरा पुत्रा मेरी हूँ हैं अब मेरी हूँ तेरे जान का खाना भी है इधर आ जा की है अब मेरी हूँ और यूनिफॉर्म भी दबाके जाओ अब मेरी हूँ मैं सब तो बड़ी गल है कि गड्डी लाके भी जाएगी गड्डी लाके कर लो जानो ये क्या था कोई तूफान आया था फकीरों ने हमला होया सी जी फकीरों का हाँ। इस घर में फकीर जानो मैं भूल गई मेरे पापा मेरे साथ आए हैं ओह माय गॉड पापा को बाहर खड़ा कर दिया हाँ। पापा अपनी घर में पापा खड़ी ओह बेटे गाड़ी को साइड पे लगा दो भाई अस्सलाम वालेकुम कैसे हो आई एम फाइन ओह वेरी गुड यार नाइस टू मीट यू थैंक यू बेटे आपकी पसंद तो बहुत अच्छी थैंक यू पापा लेकिन उनका घर बहुत छोटा है बहुत कंजेस्टेड है अंकल डोंट वरी ये टेंपरेरी तौर पे है ओके और ये टाउन में दो घर बन रहे बड़े बड़े हां बेटे वैसे घर ऐसे ही होना चाहिए यहां पे गाड़ी जाए यहां पे तो गाड़ी नहीं आ सकती बेटे इसलिए घर बहुत छोटा है पापा उन्होंने बोला ना वो चेंज कर देंगे ठीक है ओके ओके वैसे आपके डैडी क्या काम करते हैं डैडी आपसे मिलेंगे आप खुश हो जाएंगे ओके हां आप आपको बताएंगे ए पापा माय पापा हेलो हाउ आर यू हाउ आर यू जेंटलमैन How are you, gentlemen? I'm fine. Come on, I'm fine, fine, fine. ये की केंद्र। Okay, की हाल है तड़ा? कैसे हो? So looking. Fine, fine, fine. Fine, fine, fine. So looking smart. Fine, fine. Fine, fine. बड़ी खुशी हुई आपसे मिलके. She's my daughter. She's my daughter. वो अपनी बेटी का तारुफ करा रहे ने अच्छा मैं समझा कहना मेरे ना ही मैं कह मेरे ना यार जी जी वैसे बड़ी खुशी हुई तन मिल के सेम टू यू सेम टू यू हां जी सेम टू यू जेंटलमैन नहीं सेम केड़ी ताडे को केड़ी अपा जी की जोंग दी नहीं नहीं को तो थैंक यू थैंक यू हां थैंक यू थैंक यू वेलकम वेलकम जेंटलमैन इफ यू डोंट माइंड एंड लिसन टू माय वर्ड इन हर्टली You are looking so smart and so handsome, gentleman. किधे? अपने पाये ने? किधे ने? अपने अब्बा जी बता को कह रहे ने तुसी बहुत सोने हो। अच्छा अच्छा। एंगा ये किन्हीं देर में नाता नहीं। वैसे पापा मजाक करते हैं मजाक। मजाक किया है। Jolly man है jolly man। Jolly। वैसे आपका business क्या है काम क्या करते हैं? गल करो ना। गल करो करोड़पति। गल करो। जड़ी सिखाई सी? हाँ। वो तो मैं भूल गया
ਅੱਬਾ ਜੀ ਕਰੋੜਪਤੀ ਅਸੀਂ ਕਰੋੜਪਤੀ ਲੋਕ ਮਾਸ਼ਾਅੱਲਾ ਵੈਰੀ ਗੁੱਡ ਵੈਰੀ ਗੁੱਡ ਕਰੋੜਾਂ ਰੁਪਈਆ ਲੈਣਾ ਲੋਕਾਂ ਕੋਲੋਂ ਓ ਗੁੱਡ ਜਿਹਦੇ ਕੋਲ ਲੈਣ ਜਾਂਦੇ ਆ ਕੋਈ ਸ਼ੀਸ਼ਾ ਚੜਾ ਦਿੰਦੇ ਨੇ ਸ਼ੀਸ਼ਾ What do you mean, gentlemen? बड़े बड़े दफ्तर है ना आगे शीशे लगे हुए पापा के कहने का मकसद ये था अच्छा अच्छा कैबिन बने होते हैं ना शीशे ब्लॉक बने जी 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 ही कर रहे हो और समंदर दे विच साडे 100 मंजिला बना दे समंदर पापा और दुबई च साडे शिप चल दे दुबई च बना दे ने और समंदर च साडे शिप चल दे गुड कनाडा दे विच साडी जाति हीरा मंडी हीरा हीरो का कारोबार है हीरो का बिजनेस है कनाडा में हाँ हीरियां का कारोबार हीरियां का डायमंड वेरी गुड जेंटलमैन ये तड़का की कारोबार है जी मैं तो पॉलिटिशियन हूँ एमएनए हूँ इलेक्शन लड़ता हूँ वैसे काफी जमीन है मेरी मुझे किसी बात की फिक्र नहीं अच्छी गल है जी बंदे नु कारोबार ही करने होना चाहिए बिल्कुल कारोबार अच्छा होए तो बच्चे की जिंदगी अच्छी हो जाएगी ऑफ कोर्स अब मेरा कल्ला कल्ला पुत्र जे मेरी भी अकेली बेटी अच्छा जी अकलौती बेटी है मेरी नहीं नहीं मेरा तो कल्ला है मेरा नहीं अकलौता वो भी अकलौती कल्ला ही होता है अच्छा कल्ला ही है अब मेरा कल्ला कल्ला बेटा है सारी जायदाद दे दी ठीक है लेकिन अब चाहते हैं कि कोई बड़ा घर हो वहां पे अपनी बेटी की शादी करें बड़ा बड़ा घर दे अच्छा कहां ऐ ते खोल लिया नहीं है लेट भी जानदा से पापा जी की कर रहे हो नहीं नहीं मैं क्या जिथे मर्जी ला जाओ ये आटा तेनू सारे कहंदे बाहर जा टोल ले मैं कह रेड़ के उठे ले जांगे अब आटा वेरी चॉली मैन जेंटलमैन बड़ी मेहरबानी जी बड़ी मेहरबानी ये माशाल्लाह बच्ची अच्छी नो थड़ी अच्छी है थैंक यू ये अपना कुछ खान पीन का की शौक रख दियो मैं फिर अपने नौकर नु कह दिया मुलाजमा नु हां ओ तड़ा ध्यान रखेगा हां एक्चुअली अंकल मुझे खाने में पसंद है केएफसी मैकडॉनल्ड पिज्जा बर्गर चिकन शाशलिक क्लब सैंडविच कुछ ऐसी चीजें हां मटन वगैरह कुछ ऐसी चीजें ओए परेशान ना होए सारी चीजें तो एक छापर चो निकल आओ पापा जी पापा के कल पापा ना वो गाड़ी को शॉपर कहते हैं ओ गाड़ी का निकनेम शॉप आप इतनी शॉपर गाड़ी में तो इतनी चीजें आई जाती हैं ओ मैं जाना के इतने जिंदगी गुजारनी है चल मिनट नाम दिए ओके तो जिन्हें दुख सुख कर ले देखो जिन्हें कल नु निकाह हो गया फिर दूरी ते नहीं बैठ सकदी ना सही बात असि तो मैं अंदर बैठ के गप शप लाने ओके जेंटलमैन आओ अंदर गप शप फक शप खाने अपना यू फर्स्ट हां जी यू फर्स्ट जेंटलमैन कौन प्लीज शॉपर आओ यू फर्स्ट तू यू कैन गो कौन यू हां यू फर्स्ट जेंटलमैन यू फर्स्ट इधर जेन काम नहीं करता अब्बा जी कवा यू फर्स्ट मैं कहना तू भी कहो यू फर्स्ट नहीं नहीं यू फर्स्ट नो जेंटलमैन यू फर्स्ट नो जेंटलमैन यू फर्स्ट इफ यू डोंट माइंड यू फर्स्ट इफ यू डोंट यू फर्स्ट You first, gentleman. You first, gentleman. ये क्या आपने क्या आपको क्या मसला है आपको? लग रहे हैं मैं मीर आदमी। या या। जोली जोली। You first. नहीं, you first. नहीं, lady first. Lady. पहले lady first. Lady परम first. तू ये इधर first हो? चल first. चलो तो इधर फर्स्ट चलो यू फर्स्ट इफ यू डोंट माइंड यू आर वेरी नाइस एंड वेरी चॉली मैन आई लाइक योर स्टाइल जेंटलमैन अजय तो तुसी अंदर जाके जे तो कमरे देखने हैरान हो जाना तू वाओ 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 ਗੱਲਬਾਤ ਕਰਨੀ ਬਹੁਤ ਔਖੀ ਹੈ ਹਾਂ ਪਾਪਾ ਜੀ ਚਲੋ ਟਾ ਲੋ ਟਾ ਲੋ ਕੋਈ ਨਹੀਂ ਕੋਈ ਨਹੀਂ ਓਕੇ ਵਾਹ ਉਹ ਐਕਚੁਅਲੀ ਗੱਲ ਕੀ ਹੈ ਜਾਨੂ ਕੇ ਵਾਹ ਹੋ ਹੋ ਆਪਕੇ ਪਾਪਾ ਮੈਂ ਮਾ ਮਜ਼ਾਕ ਕਰਤੇ ਹੈ ਮਜ਼ਾਕ ਕਰਤੇ ਹੈ ਜੋਲੀ ਜੋਲੀ ਜੈਂਟਲ ਲਗੇ ਮੁਝੇ ਆਪਕੇ ਭੈਣ ਓਏ ਵਾਹ ਆ ਗਿਆ ਵਾਹ ਓ ਸਾਲੇ ਉਹ ਕੇ ਟਿਕਦੇ ਹੋ ਸੁਦਾਗ ਨੂੰ ਓ ਕਿਸੇ ਖੋਤੀ ਦੇ ਵਜੀ ਉਹ ਗੱਡੀ ਕਿੱਥੇ ਜਾਣੀ ਛੱਡ ਕੇ ਵੀ ਆਉਂਦੀ ਤੇ ਲੈ ਕੇ ਵੀ ਆਉਂਦੀ ਕਿਉਂ ਔਰ ਰਾਣਾ ਕਬੀਰ ਵਾਲੇ ਤੋਂ ਪੈਰ
एक्चुअली जानू ये कौन है? ये पापा से सदका भीख मांग रहा है। जानू ये कौन है? ये राणा है। फकीर है। कौन हो? कौन हो तुम? असी भी कभी राणे होते हैं जी। ओ भाई पिए ओ नाले जेल जाऊंगी तुसी भाया मैं मैं नहीं उठे बैठना। क्यों? मैं उठे जाके बैठा हूं तो वो आ गया जिसे मैं देने सी। खबरे शेख सी 190 लै गया। असि भी मना भी तुम्हें सौ फकीर देता है। जान कैसे लोग हैं ये घटिया। आई डोंट लाइक इट। कौन है? कमी कमीन। आ इस तो मैं पार्टी बहुते पार्टी तेरे पोने पड़े हैं। ते हड़प्पे हड़प्पे तेरी ड्यूटी लगनी हो सका तो ड्यूटी भी बहुत बड़ा। क्या मतलब तुम्हारा? ये तुम्हें पता किससे बात कर रहे हो? क्या वो एक लूला लंगड़ा का रखी है? नहीं मार दिया मेरे होने वाली बीवी है वो। मेरे होने वाली बीवी है। तुम कड़ा कर रही है ना? इंग्लिश बोलता सी हुण ते बोलना अगले मत नहीं गंजना सीखी कि तुम्हारी मां की लेके आए कौन ये राणे ने यहो जी डेरे ते रखी होंगे सी। इसकी बात भी मानी मांगने आ जाता पापा से। दे दे की तू जो मर्जी दे दे तेरा लग जाना। दे दे 100 दे दे 50 दे दे। जानू क्या आज इसे आप दे दो। आप जान इसको दे देंगे हुन रोज दी इको खरात लई जानी है चंगी तरह ना होती। राणे का लश्कारा पै रहा मेरे नाल दा किथे आ तू भी आया नाल दा किथे दो अल्लाह ने नाते देना माफ कर लो सवेर का ही कुत्ते फन ये रंगा माफ करो आ कुछ नहीं आए जे और ये आए जिड्डा के तेरा कादा कोला इथे के भर के खलो बा ओदी जी दीन जत एला चलो चलो निकलो निकलो तेरा खाना अंदर लाता चल चल चलो उधर नु जावे सारी जिंदगी बंदूकां चुकी हन कोले चुक लेने चलो इधर 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 गो 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 इधर इधर ये तो थक जावे ना तो राणे नु दस दी राणा दवाई लेके आया चल की है ताडे इस महकमे च कोई छुट्टी भी हैगी कि नहीं नॉनसेंस इडियट तमीज नहीं है इन लोगों को नायक बदतमीज लोग हैं क्या गलत है सुनो सेठ साहब की होया की है अब जी की होया पता नहीं साडी सीवी पढ़ बैठी अपने प्यो की जुती तो मार के छोड़ देवा नहीं करना मैं रिश्ता पापा मैं इससे शादी करना चाहती हूँ मैं इससे प्यार करती हूँ मैं इसे छोड़कर नहीं जा सकती गॉड सेक समझो ये मांगते हैं मैं तुम्हारी शादी किसी पैसे वाले घर में करूंगा फिर जा पैसे आलिया मैं अपने पुत्र की शादी तेरी धी ना करनी है किन्ना मैं पैसा वेखना चाहना मैं मोहल्ला तेन पैसा और शेड़ा तुम्हारे और मेरे पैसे में बहुत फर्क है बहुत फर्क नहीं जमीन आसमान का फर्क है
पैसा नहीं, गरीबों का हक खाधा, यतीमों के प्लाटा ने कब्जा किया, इंज पैसा इकट्ठा किया। तू एक गल याद रखना सेठ साहब, जिन्हों का पैसा खाधा जे ना उन्होंने माफ करना, जे जिन्हें तो मर के जाना जे ना उन्हें तेन माफ करना, एक गल याद रखी। बस जो तुमने पैसा मांग के इकट्ठा किया, मेरे पैसे का तो हिसाब ही नहीं होना सेठ साहब। वो क्यों? मैं तो मंगे ही उहदे नां दा, अपने नां दा हिसाब मेरे को की लैना उहने। पापा समझने की कोशिश कर रहे थे कि मुझे ना मिला तो मैं मर जाऊंगी। ठीक है बेटे, अगर तुम इससे शादी करना चाहती हो तो मेरी भी एक शर्त है। क्या शर्त है? इन्हें भीख मांगना छोड़ना पड़ेगा। ठीक है सेठ साहब, ताडी धी है, तुहानू की पता होगा पुत्रां दीआं खुशियां की होंदियां ने। चलिया पुत्रां दीआं खुशियां की खातर लोकी दुनिया छड़ दिंदे ने, मुल्क छड़ दिंदे ने। मैं मंगना नहीं छड़ांगा, जा तेरे नाल वादा अज तो बाद मंगना छड़ दिता। मैनूं दस, मैं पुत्र नूं सेरे ला के किदम तेरे घर आवां? जुमेरात को दिन चेंज करो, जुमेरात। भाई आखिर जुमेरात को क्या है, क्या है जुमेरात को? जुमेरात सदी खास मीटिंग होती है। ओके डन, तुम्हारी ये बात भी तस्लीम। तुम ऐसा करो कि संडे वाले दिन लेके आ जाओ बाहर। हाँ डन हो गया, संडे वाले दिन ठीक है। ओके बेटे आओ। एक मिनट सेठ साहब। अब क्या है? मैं तड़िया सारी शर्तें मनियां ने, मेरी एक छोटी जी शर्त है। वो क्या? जिधर मैं पुत्र नु सेरे ला के तुहाडे घर आवां, साडे तो अलावा उत्थे मंगण वाला कोई ना होवे। पापा जी की कर रहे हो? पुत्र ने इन्नी शर्तां मनाईयां ने, असीं एक नहीं मना सकते, फिर कहिंदे बूटा गालां कढ़दा।